हैरी हैरी उठो पुत्र। संधु साहब पट्टे गए जे। ओ संधु साहब आपा लुटे गए। ओ संधु साहब संधु साहब संधु साहब है? हैरी ते गैरी घर छड़ के भज गए। आ देखो बेडरूम चो चिट्ठी मिली है। डियर डैड असी घर छड़ के जा रहे हैं। ਤੁਹਾਡੇ ਕ੍ਰੈਡਿਟ ਕਾਰਡ ਤੇ ਤਿਜੋਰੀ ਚੋਂ 5 ਲੱਖ ਨੂੰ ਥੁੱਕ ਲਾ ਕੇ ਚੱਲੇ ਆ। ਜਦੋਂ ਪੈਸੇ ਖਤਮ ਹੋ ਗਏ ਉਦੋਂ ਵਾਪਸ ਆ ਜਾਵਾਂਗੇ ਤੇ ਉਦੋਂ ਤੱਕ ਸਾਡੇ ਵਿਆਹ ਦੀ ਗੱਲ ਵੀ ਠੰਡੀ ਪੈ ਚੁੱਕੀ ਹੋਵੇਗੀ। ਆਪ ਜੀ ਦੇ ਹੋਣ ਹਰ ਸਪੂਤ ਹੈਰੀ ਗੈਰੀ। ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੇ ਨੂੰ ਨਾ ਦੇਵੇ। ਮੇਰੇ ਯਾਰ ਸੁਰਜੀਤ, ਮੈਂ ਤੈਨੂੰ ਕਿਵੇਂ ਫੇਸ ਕਰੂੰਗਾ ਕਿਵੇਂ ਫੇਸ ਕਰੂੰਗਾ, ਆਈ ਡੋਂਟ ਨੋ ਯਾਰ। ਹੁਣ ਪੈ ਗਈ ਕਲੇਜੇ ਠੰਡ ਤੁਹਾਡੇ। ਕੁਛ ਠੰਡਾ ਪਿਲਾਓਗੇ ਤਾਂ ਹੀ ਕਲੇਜੇ ਠੰਡ ਪਾਉਗੀ, ਐਦਾਂ ਕਿੱਦਾਂ ਪੈ ਜੂ ਠੰਡ। ਆ ਫੜੋ ਫਿਰ ਪਤਾ ਲੱਗੂ ਤੁਹਾਨੂੰ ਪਾਲਦੇ ਠੰਡਾ ਇੱਥੇ। ਹੁਣ ਇਸ ਉਮਰ 'ਚ ਵੀ ਲਵ ਲੈਟਰ ਦੇਣ ਲੱਗ ਪਈ। ਇਹ ਕੀ ਕੀਤਾ ਤੁਸੀਂ? ਆਪਣੇ ਪਿਓ ਦੀ ਇੱਜ਼ਤ ਮਿੱਟੀ 'ਚ ਮਿਲਾ ਕੇ ਰੱਖ ਦਿੱਤੀ। ਕੋਈ ਖਿਆਲ ਨਹੀਂ ਕੀਤਾ ਆਪਣੇ ਪਿਓ ਦੀ ਪੱਗ ਦਾ। ਨਾ ਹੋਰ ਚੜਾਓ ਸਿਰ ਕੁੜੀਆਂ ਨੂੰ। ਮੈਂ ਤਾਂ ਕਨੇਡੀ ਚੜਾਉਂਦਾ ਹੁੰਦਾ ਸੀਗਾ। ਤੂੰ ਹੀ ਕਹਿੰਦੀ ਹੁੰਦੀ ਸੀ ਚੜ ਜਾਓ ਆਪਣੇ ਪਿਓ ਦੇ ਸਿਰ, ਚੜ ਜਾਓ ਆਪਣੇ ਪਿਓ ਦੇ ਸਿਰ। ਚੜ ਗਈਆਂ ਵਿਚਾਰੀਆਂ। ਹਾਏ ਰੱਬਾ, ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਕੀ ਹੋਊਗਾ ਆਪਣਾ। ਇਸ ਤੋਂ ਪਹਿਲਾਂ ਕਿ ਸੰਧੂ ਆਪਣੇ ਮੁੰਡੇ ਲੈ ਕੇ ਸਾਡੇ ਘਰ ਆ ਜੇ, ਮੈਂ ਪਹਿਲਾਂ ਹੀ ਜਾ ਕੇ ਉਹਦੇ ਪੈਰ ਫੜ ਲੈਂਦਾ। ਉਹ ਮੇਰੇ ਪੈਰ ਕਿਉਂ ਫੜੀ ਜਾਂਦੇ? ਸੰਧੂ ਸਾਹਿਬ ਦੇ ਪੈਰ ਫੜੋ ਜਾ ਕੇ। ਇਹ ਠੀਕ ਹੈ, ਫਿਰ ਮੈਂ ਉਹਨਾਂ ਦੇ ਪੈਰ ਫੜਦਾ। ਜਾਓ ਛੇਤੀ। ਕਿਵੇਂ ਆ ਕੇ ਲੱਗੀ ਅੰਗੂ ਚਲਾਉਂਦੇ ਆ, ਜਿਵੇਂ ਸਾਲਿਆਂ ਦੀ ਔਲਾਦ ਘਰੋਂ ਭੱਜ ਗਈ ਹੋਵੇ। ਕੁੜੀਆਂ ਮੇਰੀਆਂ ਘਰੋਂ ਭੱਜੀਆਂ, ਦਿਮਾਗ ਇਹਦਾ ਖਰਾਬ ਹੋਈ ਫਿਰਦਾ। ਇਹਨੇ ਸਾਲਿਆਂ ਨੇ ਤੱਫੇ ਖਾਣੇ ਅੱਜ ਮੇਰੇ ਕੋਲੋਂ, ਹੁਣ ਨਹੀਂ ਬਚਦਾ ਮੇਰੇ ਕੋਲੋਂ। ਤੂੰ ਤਾਂ ਇੰਜ ਮੂੰਹ ਲਕੋਰਿਆ ਗਿੱਲਾ ਜਿਵੇਂ ਤੇਰੇ ਗੀਤਾਂ ਦੀ ਪਲੇਠੀ ਕੈਸਟ ਫਲੌਪ ਹੋ ਗਈ ਹੋਵੇ। ਉਲਟਾ ਮੂੰਹ ਤਾਂ ਮੈਨੂੰ ਲਕੋਣਾ ਚਾਹੀਦਾ। ਇਹ ਤਾਂ ਤੇਰੀ ਫਿਰਾਕ ਦਲੀ ਆ ਸੰਧੂ ਆ, ਜਿਹੜਾ ਤੂੰ ਹਲੇ ਵੀ ਮੈਨੂੰ ਪਿਆਰ ਕਰਦਾ। ਵਰਨਾ ਲੰਗੜੀ ਘੋੜੀ ਨੂੰ ਕੌਣ ਛੋਲੇ ਚਾਰਦਾ? ਹੁਣ ਕੀ ਫਾਇਦਾ ਹਿਣਕਣ ਦਾ? ਮੈਂ ਤਾਂ ਤੇ ਤੋਂ ਮਾਫ਼ੀ ਮੰਗਣ ਆ ਰਿਹਾ ਸੀਗਾ। ਕਿਉਂ ਸ਼ਰਮਿੰਦਾ ਕਰ ਰਿਹਾ ਯਾਰ ਮਾਫ਼ੀ ਮੰਗ ਕੇ? ਮਾਫ਼ੀ ਤਾਂ ਮੈਨੂੰ ਮੰਗਣੀ ਚਾਹੀਦੀ ਆ। ਸਾਲੀ ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੇ ਨੂੰ ਨਾ ਦੇ। ਹੁਣ ਮਾਫ਼ੀ ਮੰਗ ਤਾਂ ਲਈਏ, ਤਾਨੇ ਮਾਰਨ ਦਾ ਕੀ ਮਤਲਬ? ਯਾਰ ਮੈਂ ਤੈਨੂੰ ਥੋੜਾ ਤਾਨੇ ਮਾਰ ਰਿਹਾ, ਮੈਂ ਤਾਂ ਆਪਣੀ ਕੰਦੀ ਔਲਾਦ ਨੂੰ ਕੋਸ ਰਿਹਾ। ਮੇਰੇ ਸਾਲ ਦੇ ਰਾਤ ਘਰੋਂ ਭੱਜ ਗਏ। ਕੀ ਕਿਹਾ? ਰਾਤੀ ਘਰੋਂ ਭੱਜ ਗਏ? ਆਹ ਹਾਏ ਓਏ ਹਾਏ ਓਏ ਹੋ ਹਾਏ ਓਏ। ਬਸ ਕਰ ਯਾਰ ਬਸ ਕਰ ਪਲੀਜ਼। ਜਿਹਦੇ ਹੋਣ ਵਾਲੇ ਜਵਾਈ ਵਿਆਹ ਤੋਂ ਪਹਿਲਾਂ ਹੀ ਘਰੋਂ ਭੱਜ ਜਾਣ, ਉਸਦੀ ਕੀ ਹਾਲਤ ਹੁੰਦੀ ਆ ਮੈਂ ਚੰਗੀ ਤਰ੍ਹਾਂ ਸਮਝ ਸਕਦਾ ਗਿੱਲਾ, ਸਮਝ ਸਕਦਾ। ਓਏ ਮੈਂ ਤੇਰੇ ਮੁੰਡਿਆਂ ਨੂੰ ਨਹੀਂ ਆਪਣੀ ਗੰਦੀ ਔਲਾਦ ਨੂੰ ਰੋ ਰਿਹਾ। ਉਹ ਕਲੈਣੀਆਂ ਵੀ ਰਾਤੀ ਘਰੋਂ ਭੱਜ ਗਈਆਂ। ਉਹ ਵੀ ਘਰੋਂ ਭੱਜ ਗਈਆਂ? ਸਾਲਾ ਆਵਾ ਹੀ ਉੱਤੇ ਆ ਪਿਆ, ਘਰ ਕਰ ਰਹੇ ਹੋ ਅੱਗ? ਕਿਸੇ ਨੂੰ ਮੂੰਹ ਦੁਕਾਨ ਚੋਗਾ ਨਹੀਂ ਛੱਡਿਆ, ਸ਼ਗਨਾਂ ਦੀ ਮਹਿੰਦੀ ਘਰੇ ਸੁੱਟ ਕੇ ਸਿਰਖੇ ਪਾ ਕੇ ਉੱਡ ਗਈਆਂ। ਚਲੋ ਕੋਈ ਗੱਲ ਨੀ, ਮਹਿੰਦੀ ਤਾਂ ਨੀ ਵੇਸਟ ਹੁੰਦੀ, ਉਹ ਤਾਂ ਤੇਰੇ ਫਿਰ ਵੀ ਘਰੇ ਕੰਮ ਆਜੂ, ਦਾੜੀ ਨੂੰ ਲਾਉਣ ਦੇ। ਸੰਧੂ ਆ ਸੌਰੀ ਗੱਲਾਂ। ਕੀ ਹੁਕਮ ਹੈ ਹੁਣ? ਹੁਕਮ ਇਹੋ ਜਿਹੇ ਟਾਈਮ ਤਾਂ ਫਿਰ ਥਾਣੇਦਾਰ ਹੁਕਮ ਸਿੰਘ ਹੀ ਕੰਮ ਆਉਂਦਾ ਹੁੰਦਾ। ਚਲੋ ਉਹ ਬਸ ਕਰੋ ਯਾਰ। ਸ਼ਮਸ਼ੇਰ ਸੰਧੂ ਜੀ, ਗਿੱਲ ਸੁਰਜੀਤ ਜੀ, ਮੰਨਿਆ ਤੁਸੀਂ ਸ਼ਹਿਰ ਦੇ ਮੋਹਤਬਰ ਬੰਦੇ ਹੋ, ਪਰ ਇਹਦਾ ਇਹ ਮਤਲਬ ਨਹੀਂ ਵੀ ਮੇਰੇ ਥਾਣੇ 'ਚ ਆ ਕੇ ਥਾਣੇ ਦਾ ਡਿਸਿਪਲਿਨ ਭੰਗ ਕਰੋ। ਨਾਲ ਇਹਦੇ ਵਿੱਚ ਮੈਂ ਕੀ ਕਰ ਸਕਦਾ? ਇਹਦਾ ਫੈਸਲਾ ਤੁਸੀਂ ਆਪ ਕਰੋ ਵੀ ਤੁਹਾਡੀ ਔਲਾਦ ਜ਼ਿਆਦਾ ਗੰਦੀ ਹੈ ਜਾਂ ਤੁਹਾਡੀ ਔਲਾਦ ਜ਼ਿਆਦਾ ਗੰਦੀ ਹੈ। ਹੁਕਮ ਸਿੰਘ, ਅਸੀਂ ਤੇਰੇ ਕੋਲੋਂ ਆਪਣੇ ਜਵਾਕਾਂ ਦੀ ਜੱਜਮੈਂਟ ਕਰਾਉਣ ਨਹੀਂ ਆਏ, ਅਸੀਂ ਥਾਣੇ ਰਿਪੋਰਟ ਲਿਖਾਉਣ ਆਏ ਆ ਕਿ ਸਾਡੇ ਬੱਚੇ ਘਰੋਂ ਭੱਜ ਗਏ। ਹੁਣ ਭੱਜਣ ਦਾ ਕੀ ਫਾਇਦਾ? ਉਹਨਾਂ ਨੂੰ ਪਤਾ ਕਦੋਂ ਦੀ ਲੰਘੀ ਹੈ, ਉਦੋਂ ਕਿੱਥੇ ਸੀ ਬਈ? ਓਲੰਪਿਕ ਦੇ ਟਾਈਮ ਤਾਂ ਘਰ ਹੀ ਸੀਗੇ ਸਰ, ਅਸੀਂ ਸਾਰਿਆਂ ਨੇ ਇਕੱਠੇ ਬੈਠ ਕੇ ਟੀਵੀ ਤੇ ਇਵੈਂਟ ਦੇਖੇ, ਬਾਅਦ ਚ ਭੱਜੇ, ਹੁਣ ਘਰ ਹੈ ਨੀ। ਪਰ ਇਹਦੇ ਵਿੱਚ ਅਸੀਂ ਕੀ ਕਰੀਏ? ਕੀ ਕਰੀਏ? ਤੁਸੀਂ ਥਾਣੇ ਦੇ ਮਾਲਕ ਹੋ, ਤੁਹਾਡੀ ਡਿਊਟੀ ਆ ਬੱਚਿਆਂ ਨੂੰ ਲੱਭੋ। ਸੰਧੂ ਸਾਹਿਬ ਮੈਂ ਇਹੀ ਕਹਿ ਰਿਹਾ ਵੀ ਪੁਲਿਸ ਤੁਹਾਡੀ ਕਿਸ ਪ੍ਰਕਾਰ ਸਹਾਇਤਾ ਕਰ ਸਕਦੀ ਹੈ? ਵੀ ਆਰ ਵਿਦ ਯੂ ਫਾਰ ਯੂ ਆਲਵੇਜ਼। ਯੈਸ ਇੰਸਪੈਕਟਰ ਸਾਹਿਬ, ਅੰਗਰੇਜ਼ੀ ਚ ਹਮਦਰਦੀ ਜਤਾਉਣ ਦੀ ਲੋੜ ਨਹੀਂ ਹੈ, ਮੈਨੂੰ ਸਿੱਧਾ ਸਿੱਧਾ ਪੰਜਾਬੀ ਚ ਦੱਸੋ ਸਾਡੇ ਬੱਚੇ ਮਿਲ ਜਾਣਗੇ ਕਿ ਨਹੀਂ। ਦੇਖੋ ਮੇਲੇ ਚ ਗੁੰਮੇ ਤਾਂ ਮਿਲ ਜਾਂਦੇ ਹੁੰਦੇ ਨੇ, ਪਰ ਜਾਣ ਬੁੱਝ ਕੇ ਮੌਜ ਮੇਲਾ ਕਰਨਗੇ ਘੱਟ ਹੀ ਲੱਭਦੇ ਹੁੰਦੇ ਨੇ ਸਰਦਾਰ ਸਾਹਿਬ। ਉਹ ਜਨਾਬ ਤੁਸੀਂ ਕੋਸ਼ਿਸ਼ ਤਾਂ ਕਰੋ। ਯਾਰ ਪਾਲੀ,
अज मेरी खपी अख क्यों फर फर करती है? लगता चाचू थोनू नीलू याद करती है। ठूहे का डंगिया ते चतरे का चंडिया एक बराबर है। हेलो चाचा जी। कौन? नीलू? तेनू कि पता हो नीलू का फोन से? तू हाला जोशी है। 10 मिनट पहला भी आया चाचा जी। उदो क्यों नहीं दसिया? चाचे मैं क्या सवेर का टाइम आ, बोनी हुई नी, गाहक आए नहीं, फोन ही आई जाते। कोई गल नहीं पुत, तेरे चिप तो मैं बाद च कढ़ दूं। और सुना नीलू तू अज तेनू कि चाचे की याद आ गई? कि चलती है तेरे घर की गड्डी? गड्डी खड़क गई चाचा जी। नीलू ए कुड़ा नीलू तेरा तो गला भरया पिया की हो तेन? तू तो इन्नी सख्त मिजाज होंगी सी, तेरे तो कदे प्याज कट्टन लगी तो नहीं अखा च पानी आया? कोई खास ही गल लगती है पर अजे तो मसा 4 साल ही होया तेरे विआह नू, एडी जल्दी तेरी ग्रेसी की गड्डी खड़ गई? ध्यान ना चलाउणी सी? चाचा जी मैं तो ध्यान नाल ही चलाउणी आ। पर एक घर च वंडन जोगी शै है जिहनूं सस कहिंदे ने, ओह बहुत रैश चलाउंदी है, ओहनूं आके ड्राइविंग सिखाओ। ओए तू चिंता ना कर, ऊहे दा डंगिया ते चतरे दा चंडिया एक बराबर आ। शायद भी पा तेनू याद होवे तेरे व्याह तो पहला मैं तेनू एक मत की गल दसी सी कि सारी उम्र तू चाहे साडे नाल तां बना के नहीं रखी पर सहुरे जाके अपनी सस नाल जरूर बना के रखी। ना दस्यो कदों मैं थोड़े नाल बना के नहीं रखी, कदों मैं थोड़े मूहरे जबान खोली है, कदों मैं थोड़ा अदब नहीं किया, कदों मैं थोड़े मूहरे बोली हाँ? ना हुण बोलदे क्यों नहीं? हुण की सप सुंग गया? हुण गुग्गल क्यों हो गए? ओए बीबा फोन बाद च करी, पहला कट्ठे कर की आ फुल जिहड़े हुणे हुणे जबान चुक रहे आ। तो बीबा जी सहनशीलता एक बड़ा बड़ा हथियार हुंदा, जे जुल्म सहना नहीं सिखोगे तो गाह अपनी नौ ते किवें करोगे? ओए तू चिंता ना कर चतर सिंह बौड़िया लै पाली। हां जी आला फड़। चाचे तुसीं तां सच्ची आ गए। आए नीलू बुलावे ते चाचा ना आवे, ए हो सकदा? माफ करना पैरी पैणा भुल गया सी। ओ चलो पैरी पैणा तां भुल गया, कोई गल नहीं, पर ए गल आ भुल्ली केड़ी के ढूहे दा डंगिया ते चतरे दा चंडिया एक बराबर है। डंगिया चंडिया की मतलब समझ जा नहीं आया? मतलब बाद च समझी, पहला ए दस कि इस काम ते कदों कदा लग्या होया? केड़े काम ते? आही दरवाजा खोलण ते। आपां अंदर चलदे आ। अंदर तां जावांगे जावांगे पर ए मेरी गल दा जवाब नहीं। केड़ी गल दा? आही भी गेट ते ड्यूटी कदों दा देण लगिया? एक्चुअली नौकर चला गया ना। नौकर चला गया जां कड़ता? कौन है मेरे नाल गल करा? की गल कर, कोई बंदा है नहीं? मैं बंदा ही हां। ओ तेरी ड्यूटी तां भला गेट ते लगी हुई है ना? ओ ए दी ड्यूटी गेट ते सही पर दासता चन्ना च हाजर है। सत श्री अकाल जतन सिंह जी। सत श्री अकाल बख्शी साहब। सत श्री अकाल की साहब। सत श्री अकाल। तशरीफ रखो जतन सिंह जी। सत श्री अकाल भरा जी। बहुत बहुत सत श्री अकाल भैन जी। पर तुसी आ धीरज दा की बनाता? की कहा? चंगा भला मुंडा दरवाजा खोलण ते ला। चतर सिंह जी तुसी अजे भी उसे तरह मजाकिया ही हो? नहीं हुण मैं इलाज करा लिया। अपना इलाज तां करा लिया, जिहदा करा के भेजना चाहीदा सी उहदा कराया नहीं। तुसी किहदे इलाज दी गल कर रहे हो भैण जी? उह थोड़ी सिर चढ़ी नीलू दा, जिहदे सिर ते 24 घंटे चाचे दा फतूर चढ़िया रहिंदा। इस दुनिया विच नीलू दा इस चाचे तों बिना होर है भी कौन? मापे धीआं विआह के इह सोचदे ने कि शायद असीं जिंदगी भर लई सुरखरू होवे, पर उहनां नूं बेचारिआं नूं इह नहीं पता कि धीआं कल्लियां नहीं जम्मदियां, अपने नाल अपने मापिआं लई सारी उम्र दीआं ढेर सारीआं चिंतावां नाल लै के जम्मदियां। ते दूजे पासे सस्सां मुंडे ते विआह तों पहलां 100-100 चार लडाउणगीआं, नीलू रैणी आवे आपे कढे आपे पावे, ते हजे 10 दिन नहीं होए हुंदे नीलू वर्गी नूं आई नूं, जदे नूं उहदा चाल लथ जांदा जदे बदल जांदी आ। बाबा तेरी जै जिद्दां दित्ती उदां ही लै। भई साडी नीलू रैणी कित्थे आ? नीलू नीलू किचन च। किचन च नीलू? ओ पुत नीलू किथे लुकी बैठी आ, देख कौन आया? हां
ਮਾਤਾ ਦਾ ਪੰਗਾ ਬਸ ਤੂੰ ਵੀ ਕੀ ਲੋੜ ਸੀ ਲੋੜ ਕਿਉਂ ਨਹੀਂ ਸੀ ਵੱਡਾ ਹਮਾਇਤੀ ਬੁਲਾ ਲਿਆ ਚਾਚਾ ਤੇਰੀ ਨੂੰਹ ਨੇ ਆ ਜਾ ਰੇ ਅਬ ਮੇਰਾ ਦਿਲ ਪੁਕਾਰਾ ਰੋ ਰੋ ਕੇ ਗਮ ਵੀ ਹਾਰਾ ਬਦਨਾਮ ਨਾ ਹੋ ਪਿਆਰ ਮੇਰਾ ਆ ਜਾ ਰੇ ਨੀਲੂ ਚਾਚਾ ਜੀ ਤੁਸੀਂ ਆ ਗਏ ਸ਼ਾਬਾਸ਼ ਆਪ ਬੁਲਾ ਕੇ ਆਪ ਪੁੱਛਦੀ ਆ ਕਿ ਤੁਸੀਂ ਆ ਗਏ ਚਾਚਾ ਜੀ ਮੈਂ ਤਾਂ ਤੁਹਾਡੇ ਲਈ ਸਵੇਰ ਤੋਂ ਪਕੌੜਿਆਂ ਦੀ ਤਿਆਰੀ ਕਰ ਰਹੀ ਸੀ ਆ ਵੇਖੋ ਪਕੌੜੇ ਕੱਢ ਰਹੀ ਸੀ ਮੱਛੀਆਂ ਦੇ ਨੇ ਮੱਛੀ ਵਾਂਗ ਤਾਂ ਤੜਫਾਈ ਪਈਆਂ ਸੱਸ ਨੇ ਓਏ ਤੂੰ ਚਿੰਤਾ ਨਾ ਕਰ ਹੁਣ ਤੇਰਾ ਚਾਚਾ ਆ ਗਿਆ ਮੰਨਿਆ ਕਿ ਤੇਰੀ ਸੱਸ ਬੜੀ ਤੇਜ਼ ਤਰਾਰ ਆ ਪਰ ਉਹਨੂੰ ਇਹ ਨਹੀਂ ਪਤਾ ਕਿ ਠੂਹੇ ਦਾ ਡੰਗਿਆ ਤੇ ਚਤਰੇ ਦਾ ਚੰਡਿਆ ਇੱਕ ਬਰਾਬਰ ਹੈ ਮੱਛੀ ਤੋਂ ਮੈਨੂੰ ਕੋਈ ਗੱਲ ਚੇਤੇ ਆ ਗਈ ਇੱਕ ਵਾਰੀ ਇੱਕ ਧਾਰਮਿਕ ਸਥਾਨ ਤੇ ਇੱਕ ਸਰਦਾਰ ਜੀ ਨੇ ਕਿਸੇ ਲਾਲਾ ਜੀ ਨੂੰ ਢਾਇਆ ਹੋਇਆ ਦੇ ਕਿੱਥੇ ਪੈਂਦੀ ਆ ਪਹਿਣ ਦੇ ਚਪੇੜ ਤਾ ਦੇ ਕਿੱਥੇ ਘਸੋਨ ਪੈਂਦਾ ਪਹਿਣ ਦੇ ਥਾ ਦੇ ਕਿੱਥੇ ਲੱਤ ਪੈਂਦੀ ਆ ਪਹਿਣ ਦੇ ਫਾ ਮੈਂ ਸਰਦਾਰ ਜੀ ਨੂੰ ਉੱਪਰ ਉਠਾ ਲਿਆ ਮੈਂ ਕਿਹਾ ਲਾਲਾ ਜੀ ਨੂੰ ਕਿਉਂ ਕੁੱਟਦੇ ਹੋ ਕਹਿੰਦਾ ਕੁੱਟੀਏ ਨਾ ਤਾਂ ਹੋਰ ਕੀ ਕਰੀਏ ਸਾਡੇ ਸਰੋਵਰ ਦੀਆਂ ਮੱਛੀਆਂ ਵੱਲ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਚਲੋ ਝਾਕਦਾ ਸੀ ਝਾਕੀ ਜਾਵੇ ਉਲਟਾ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਸਰਦਾਰ ਜੀ ਕਿੱਡੀਆਂ ਮੱਛੀਆਂ ਪਲੀਆਂ ਹੋਈਆਂ ਨੇ ਜੇ ਕਿਤੇ ਮਾਰਕੀਟ 'ਚ ਹੁੰਦੀਆਂ ਬੜੀ ਕਦਰ ਪੈਣੀ ਸੀ ਮੈਂ ਇਹਨੂੰ ਸਮਝਾਉਣ ਡਿਆ ਸੀ ਕਿ ਸਾਡੇ ਸਰੋਵਰ ਦੀਆਂ ਮੱਛੀਆਂ ਨੂੰ ਮੱਛੀਆਂ ਨਹੀਂ ਕਹਿਣਾ ਇਹ ਸਾਡੇ ਸਰੋਵਰ ਦੇ ਭਗਤ ਨੇ ਭਗਤ ਲਓ ਜੀ 10 ਮਿੰਟਾਂ ਬਾਅਦ ਮੈਂ ਫਿਰ ਕੀ ਦੇਖਦਾ ਕਿ ਉਸੇ ਸਰਦਾਰ ਨੇ ਉਹੀ ਲਾਲਾ ਫੇਟ ਆਇਆ ਹੋਇਆ ਮੈਂ ਫਿਰ ਸਰਦਾਰ ਨੂੰ ਉੱਪਰੋਂ ਚੱਕਿਆ ਮੈਂ ਸਰਦਾਰ ਜੀ ਕਿਉਂ ਕੁੱਟਦੇ ਹੋ ਕਹਿੰਦਾ ਕੁੱਟੀਏ ਨਾ ਤਾਂ ਹੋਰ ਕੀ ਕਰੀਏ ਸਾਲਾ 10 ਮਿੰਟਾਂ ਬਾਅਦ ਆ ਕੇ ਮੇਰੇ ਕੰਨ 'ਚ ਹੌਲੀ ਦੇ ਕੇ ਪੁੱਛਦਾ ਵੀ ਸਰਦਾਰ ਜੀ ਤੁਸੀਂ ਕਦੇ ਭਗਤਾਂ ਦੇ ਪਕੌੜੇ ਖਾਧੇ ਹੋ ਉਹ ਵੀ ਕਾਕਾ ਆ ਕੇ ਚੱਕੀ ਉਹਨਾਂ ਜੁੱਤੀਆਂ ਲੈ ਕੇ ਆਇਆ ਸੀ ਬੇਟੇ ਘਰ 'ਚ ਪਹਿਲਾਂ ਹੀ ਮਾਹੌਲ ਹਰ ਵੇਲੇ ਜੁੱਤੀ ਓ ਜੁੱਤੀ ਹੋਇਆ ਰਹਿੰਦਾ ਉਲਟਾ ਤੂੰ ਹੋਰ ਚੱਕ ਲਿਆ ਉਹ ਕੱਲ੍ਹ ਨੀਲੂ ਦੀ ਜੁੱਤੀ ਟੁੱਟ ਗਈ ਨਾ ਇਸ ਕਰਕੇ ਮੈਂ ਨਵੀਆਂ ਲੈ ਕੇ ਆਇਆ ਸੀ ਜੁੱਤੀ ਇੱਕ ਟੁੱਟੀਆਂ ਚੱਕੀ 7 ਲਿਆ ਮੈਨੂੰ ਲੱਗਦਾ ਜੀ ਸ਼ੰਗਰਾਂ ਦਾ ਕਿਉਂ ਕਿਉਂਕਿ ਇੰਨੀਆਂ ਜੁੱਤੀਆਂ ਤਾਂ ਫਿਰ ਗੁਰਦੁਆਰੇ ਚੁੱਕੀਆਂ ਹੀ ਜਾ ਸਕਦੀਆਂ ਖਰੀਦੀਆਂ ਤਾਂ ਨਹੀਂ ਜਾ ਸਕਦੀਆਂ ਐਕਚੁਅਲੀ ਕੱਲ੍ਹ ਨੀਲੂ ਦਾ ਜਨਮ ਦਿਨ ਹੈ ਨਾ ਜੀ ਇਸ ਕਰਕੇ ਉਹਨੂੰ ਮੈਂ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਪਹਿਲੀ ਵਾਰੀ ਦੇਖਿਆ ਜੁੱਤੀਆਂ ਦਾ ਸਰਪ੍ਰਾਈਜ਼ ਉਹ ਵੀ ਜਨਮ ਦਿਨ ਤੇ ਬਈ ਤੂੰ ਸਾਨੂੰ ਵੀ ਦੱਸੂਗਾ ਕਿਹਦਾ ਜਨਮ ਦਿਨ ਮਨਾਇਆ ਜਾ ਰਿਹਾ ਓਏ ਬਖਸ਼ੀ ਜੀ ਤੁਹਾਡੀ ਨੌ ਰਾਣੀ ਦਾ ਜਨਮ ਦਿਨ ਆ ਅੱਛਾ ਨੀਲੂ ਦਾ ਜਨਮ ਦਿਨ ਆਹੋ ਤੇ ਤੁਹਾਡਾ ਫਰਜ਼ੰਦ ਉਹਦੇ ਲਈ 7-7 ਜੁੱਤੀਆਂ ਖਰੀਦ ਕੇ ਲੈ ਕੇ ਆਇਆ ਫਿਰ ਫਿੱਟੇ ਮੂੰਹ ਤੇਰੇ ਹੈ ਤੈਨੂੰ ਜੁੱਤੀਆਂ ਹੀ ਲੱਭੀਆਂ ਜਨਮ ਦਿਨ ਤੇ ਗਿਫਟ ਦੇਣ ਲਈ ਨਾ ਡੈਡੀ ਜੀ ਤੁਹਾਨੂੰ ਕੀ ਪਤਾ ਤੁਸੀਂ ਮੰਮੀ ਜੀ ਲਈ ਕਦੇ ਖਰੀਦੀਆਂ ਹੋਣ ਤਾਂ ਤੁਹਾਨੂੰ ਪਤਾ ਹੋਵੇ ਨਾ ਤੇ ਖਰੀਦੀਆਂ ਕਿਉਂ ਨਹੀਂ ਇੱਕ ਵਾਰੀ ਇਹ ਵੀ ਤੇਰੀ ਮੰਮੀ ਲਈ ਬਾਜ਼ਾਰੋਂ ਜੁੱਤੀਆਂ ਲੈਣ ਗਏ ਸੀ ਫਿਰ ਇਹਨਾਂ ਨੂੰ ਵੇਖ ਕੇ ਜੁੱਤੀਆਂ ਆਪਸ ਵਿੱਚ ਗੱਲਾਂ ਕਰਨ ਲੱਗ ਪਈਆਂ ਭੈਣਿਆ ਚਵਲ ਜਿਹਾ ਬੰਦਾ ਕਿਤੇ ਸਾਨੂੰ ਇਹ ਨਾ ਇਹਦੇ ਨਾਲ ਤੋੜ ਦੇਣ ਬੜਾ ਮਜ਼ਾਕੀਆ ਸੁਭਾਅ ਤੁਹਾਡਾ ਚਾਚਾ ਜੀ ਫਿਰ ਚਾਚਾ ਜੀ ਓਏ ਭੁੱਲ ਗਿਆ ਕਿ ਠੂਹੇ ਦਾ ਡੰਗਿਆ ਤੇ ਚਤਰੇ ਦਾ ਚੰਡਿਆ ਇੱਕ ਬਰਾਬਰ ਆ ਯਾਦ ਆ ਯਾਦ ਆ ਇਹ ਮੈਂ ਕਿੱਦਾਂ ਭੁੱਲ ਸਕਦਾ ਪਰ ਮੈਨੂੰ ਸਮਝ ਨਹੀਂ ਆਈ ਨਾ ਇਹ ਕਿੱਦਾਂ ਭੁੱਲ ਗਿਆ ਕਿ ਕੱਲ੍ਹ ਨੀਲੂ ਦਾ ਜਨਮ ਦਿਨ ਆ ਪਰ ਵੇਖਿਓ ਆਪਾਂ ਨੀਲੂ ਦਾ ਜਨਮ ਦਿਨ ਐਸਾ ਬਣਾਵਾਂਗੇ ਕਿ ਅੱਜ ਤੱਕ ਕਿਸੇ ਨੇ ਇਹੋ ਜਿਹਾ ਜਨਮ ਦਿਨ ਬਣਾਇਆ ਹੀ ਨਹੀਂ ਹੋਊ ਭਾਈ ਵਾਹ ਮੇਰੇ ਘਰ ਵਿੱਚ ਮੇਰੀ ਆਗਿਆ ਤੋਂ ਬਿਨਾਂ ਕੌਣ ਜੰਮਣ ਦੀ ਕੋਸ਼ਿਸ਼ ਕਰ ਰਿਹਾ ਭੈਣ ਜੀ ਤੁਸੀਂ ਤਾਂ ਜਿਹੜੇ ਦੁੱਧ ਨੂੰ ਜਾਗ ਲਾਦੇ ਉਹਦਾ ਦਹੀਂ ਨਹੀਂ ਜੰਮਦਾ ਨੀਲੂ ਦੀ ਕੀ ਮਜਾਲਾ ਤੁਹਾਨੂੰ ਬਿਨਾਂ ਪੁੱਛੇ ਜੰਮ ਪਵੇ ਪਾਲੇ ਆ ਸਿਆਪਾ ਦੱਸ ਕੇ ਅੱਛਾ ਜਨਾਬ ਉਸਦੇ ਜਨਮ ਦਿਨ ਦੀ ਤਿਆਰੀ ਕਰ ਰਹੇ ਨੇ ਤੇ ਮੇਰਾ ਕਦੇ ਮਰਨ ਦਿਨ ਵੀ ਨਹੀਂ ਮਨਾਇਆ ਉਹ ਆਪਾਂ ਤਾਂ ਪਿਛਲੇ 30 ਸਾਲਾਂ ਤੋਂ ਤਿਆਰ ਬੈਠੇ ਆ ਪਰ ਪਤਾ ਨਹੀਂ ਰੱਬ ਕਿਹੜੇ ਰੰਗਾਂ ਚ ਰਾਜ ਕੰਨ ਖੋਲ ਕੇ ਸੁਣ ਲਓ ਖਬਰਦਾਰ ਜੇ ਨੀਲੂ ਦਾ ਜਨਮ ਦਿਨ ਮਨਾਇਆ ਇਸ ਘਰ ਵਿੱਚ ਸਭ ਤੋਂ ਪਹਿਲਾਂ ਮੇਰਾ ਜਨਮ ਦਿਨ ਮਨਾਇਆ ਜਾਏਗਾ ਫਿਰ ਕਿਸੇ ਹੋਰ ਦਾ ਪਰ ਸਰੋਜ ਜੀ ਇਹ ਤਾਂ ਤਾਂ ਹੀ ਮਨਾਇਆ ਜਾਊਗਾ ਨਾ ਜੇ ਸਾਨੂੰ ਪਤਾ ਹੋਊਗਾ ਕਿ ਮਹਾਨ ਹਸਤੀ ਦੇ ਧਰਤੀ ਤੇ ਚਰਨ ਕਦੋਂ ਪਾਏ ਕਿਉਂ ਪਤਾ ਕਿਉਂ ਨਹੀਂ ਦੱਸਦੇ ਤਾਂ ਹੁੰਦੇ ਆ ਵੀ ਦੁਸਹਿਰੇ ਵਾਲੇ ਦਿਨ ਜੰਮੀ ਸੀ ਆਹੋ ਜੀ ਇਦਾਂ ਦੀ ਰਾਵਣ ਬੁੱਧੀ ਦੁਸਹਿਰੇ ਵਾਲੇ ਦਿਨ ਹੀ ਪ੍ਰਗਟ ਹੋ ਸਕਦੀ ਆ ਦੁਸਹਿਰੇ ਦਾ ਕੀ ਆ ਕਦੇ ਸਤੰਬਰ ਚ ਆ ਜਾਂਦਾ ਕਦੇ ਅਕਤੂਬਰ ਚ ਆ ਜਾਂਦਾ ਇਹਦਾ ਕੋਈ ਪੱਕਾ ਪਤਾ ਥੋੜਾ ਤੁਸੀਂ ਮੈਨੂੰ ਐਗਜ਼ੈਕਟ ਦੱਸੋ ਟਾਈਮ ਕਿ ਕਦੋਂ ਜੰਮੇ ਸੀ ਬੇਬੇ ਜੀ ਕਹਿੰਦੇ ਹੁੰਦੇ ਸੀ ਉਦੋਂ ਝਾਕੀਆਂ ਨਿਕਲਦੀਆਂ ਇਹਦੇ ਜੱਸਣ ਵਾਲੀ ਕਿਹੜੀ ਗੱਲ ਆ ਵਾਕਈ ਰੋਣ ਵਾਲੀ ਗੱਲ ਆ ਬਈ ਚੱਲੋ ਭਈਆ ਠਾਣੇ ਥਾਣੇਦਾਰ ਜੀ ਹਮਾਰ ਕੀ ਕਸੂਰ ਹੈਗਾ ਜਿਹੜੇ ਪਹਿਲਾਂ ਅੰਦਰ ਡੱਕੇ ਆ ਉਹਨਾਂ ਦਾ ਕਿਹੜਾ ਹੈਗਾ
ਇੱਧਰ ਆਓ ਇਹ ਭੂੰਡ ਆਸ਼ਕ। ਜਨਾਬ ਮੈਨੂੰ ਹੋਰ ਨਾ ਮਾਰਿਓ, ਮੈਂ ਤਾਂ ਪਹਿਲਾਂ ਹੀ ਬਥੇਰਾ ਡਰ ਗਿਆ। ਬਸ ਇੱਕ ਚਪੇੜ ਨਾਲ ਹੀ ਪੈਂਟ ਗਿੱਲੀ ਕਰ ਗਿਆ। ਓਏ ਤੇਰੀ ਇੰਨੀ ਹਿੰਮਤ, ਤੂੰ ਸਾਡੇ ਇਲਾਕੇ ਦੀ ਧੀ ਭੈਣ ਨੂੰ ਛੇੜੇ, ਅਸੀਂ ਮਰ ਗਏ। ਹਾਂਜੀ, ਕੀ ਫਰਮਾਇਆ? ਫਰਮਾਉਣਾ ਕੀ ਆ, ਜਗ੍ਹਾ ਹੈ ਅਜੀ, ਜਗ੍ਹਾ ਵੇਚ ਕੇ ਤਾਂ ਆਟੋ ਪਾਇਆ। ਕਾਨੂੰਨ ਨਾਲ ਟਿੱਚਰ ਮਹਿੰਗੀ ਪੈਂਦੀ ਆ। ਵੈਸੇ ਜੀ ਕਿੰਨੇ ਕੁ ਮਹਿੰਗੀ ਪੈਂਦੀ ਆ? ਘੱਟੋ ਘੱਟ 250-300 ਚ ਤਾਂ ਪੈਂਦੀ ਆ। ਆ ਲਓ ਜੀ 250। ਸਾਲੀ ਸਵੇਰੇ ਸਵੇਰੇ ਮੁਣੀ ਵੀ ਨੀ ਕੀਤੀ ਸੀ। ਓਏ ਪੁਲਿਸ ਨੂੰ ਗਾਲਾਂ ਕੱਢਦਾ ਜੀ? ਸੌ ਲੱਗੇ, ਮੈਂ ਤਾਂ ਨੀ ਕੱਢਦਾ। ਓਏ ਸਾਨੂੰ ਸਾਰੀ ਦੁਨੀਆ ਕੱਢਦੀ ਆ, ਜ਼ਾਲਿਆ ਤੂੰ ਕਿਉਂ ਨਹੀਂ ਕੱਢਦਾ? ਮੈਡਮ, ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਭਾਈ। ਮੈਡਮ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨਾਲ ਇਹ ਜਾਣਕਾਰੀ ਸਾਂਝੀ ਕਰੋ ਕਿ ਤੁਹਾਡੀਆਂ ਹੁਣ ਤੱਕ ਕਿੰਨੀਆਂ ਕੁ ਐਲਬਮਸ ਮਾਰਕੀਟ 'ਚ ਆ ਚੁੱਕੀਆਂ ਨੇ? ਬਸ ਭਾਈ, ਵਿਆਹ ਦੀ ਐਲਬਮ ਬਣਾਈ ਸੀ ਜਿਹੜੀ ਬਣਾਈ, ਉਸ ਤੋਂ ਬਾਅਦ ਤਾਂ ਨਹੀਂ ਅਸੀਂ ਕੋਈ ਫੋਟੋ ਲਹਾਈ। ਓ ਨੋ, ਮੇਰਾ ਮਤਲਬ ਉਸ ਐਲਬਮ ਤੋਂ ਨਹੀਂ ਸੀ, ਮੇਰੀ ਮੁਰਾਦ ਹੁਣ ਤੱਕ ਤੁਹਾਡੀਆਂ ਕਿੰਨੀਆਂ ਕੁ ਆਡੀਓ ਕੈਸੇਟਸ ਮਾਰਕੀਟ 'ਚ ਆਈਆਂ? ਅੱਛਾ, ਰੀਲਾਂ ਥੋੜੇ ਤਿੰਨ ਆਈਆਂ, ਖਣੀ ਚਾਰ ਆਈਆਂ। ਇੱਕ ਮਿੰਟ ਭਾਈ, ਗਿਲ ਲੈਣ ਦੇ। ਗੋਰਾ ਕਾਲਾ ਭੂਰੀ, ਹਾਂ ਭਾਈ ਤਿੰਨ ਆਈਆਂ। ਇਹ ਗੋਰਾ ਕਾਲਾ ਭੂਰੀ ਐਲਬਮਸ ਦੇ ਨਾਮ ਨੇ? ਜਾ ਵੇ ਸਿਧਰਿਆ, ਮੇਰੀ ਪਹਿਲੀ ਕੈਸੇਟ ਮਾਰਕੀਟ 'ਚ ਉਦੋਂ ਆਈ ਜਦੋਂ ਮੇਰਾ ਸਭ ਤੋਂ ਵੱਡਾ ਮੁੰਡਾ ਗੋਰਾ ਮੇਰੇ ਪੇਟ 'ਚ ਸੀ। ਤੇ ਦੂਜੀ ਕਦੋਂ ਆਈ? ਦੂਜੀ ਕੈਸੇਟ ਭਾਈ ਮਾਰਕੀਟ 'ਚ ਉਦੋਂ ਆਈ ਜਦੋਂ ਮੇਰਾ ਦੂਜਾ ਮੁੰਡਾ ਕਾਲਾ ਮੇਰੇ ਪੇਟ 'ਚ ਸੀ। ਤੇ ਤੀਜੀ? ਤੀਜੀ ਉਦੋਂ ਆਈ ਭਾਈ ਜਦੋਂ ਮੇਰੀ ਛੋਟੀ ਕੁੜੀ ਭੂਰੀ ਮੇਰੇ ਪੇਟ 'ਚ ਸੀ। ਭੈਣ ਜੀ, ਤੁਸੀਂ ਕੋਈ ਕੈਸੇਟ ਖਾਲੀ ਪੇਟ ਵੀ ਕੱਢੀ ਹੈ? ਚਾਚਾ ਜੀ, ਤੁਸੀਂ ਤਾਂ ਗੱਲ ਕਿਸੇ ਹੋਰ ਹੀ ਪਾਸੇ ਲੈ ਵੜਦੇ ਹੋ। ਉਹ ਲੇਡੀ ਸਿੰਗਰ ਸਿਰਫ ਇਹ ਕਹਿਣਾ ਚਾਹੁੰਦੀ ਸੀ ਕਿ ਜਦੋਂ ਲੇਡੀਜ਼ ਆਰਟਿਸਟ ਫੈਮਿਲੀ ਵੇ ਤੇ ਹੁੰਦੀਆਂ, ਉਹ ਸਟੇਜ ਤੇ ਬਹੁਤਾ ਨੱਚ ਟੱਪ ਨਹੀਂ ਸਕਦੀਆਂ, ਇਸ ਕਰਕੇ ਉਸ ਪੀਰੀਅਡ ਦੌਰਾਨ ਸਿਰਫ ਕੈਸੇਟ ਰਿਲੀਜ਼ ਕਰਦੀਆਂ। ਬੇਸ਼ਰਮਿਆ, ਇਹਦਾ ਮਤਲਬ ਤਾਂ ਇਹ ਹੋਇਆ ਵੀ ਗਾਉਣ ਵਾਲੀਆਂ ਇੱਕ ਤੋਂ ਬਾਅਦ ਜਵਾਕ ਜੰਮ ਹੀ ਨਹੀਂ ਸਕਦੀਆਂ। ਉਹ ਜੰਮ ਤਾਂ ਸਕਦੀਆਂ, ਪਰ ਸਟੇਜ ਪ੍ਰੋਗਰਾਮ ਬਹੁਤ ਕੈਂਸਲ ਕਰਨੇ ਪੈਂਦੇ ਆ। ਫੇਰ ਕੀ, ਅਸੀਂ ਦੋ ਭਰਾ ਉਹ ਚੋ ਵੀ ਆ। ਕੌਣ ਹੈ ਇੰਨਾ ਤੱਤਾ ਜਿਹੜਾ ਬੈਲ ਤੇ ਹੀ ਬਹਿ ਗਿਆ? ਓਏ ਚੱਕ ਲਾ ਹੱਥ, ਕਿਉਂ ਕੰਨ ਖਾਨਾ? ਨਾ ਰੁਕ ਇੱਕ ਮਿੰਟ, ਮੈਂ ਵਹਿਨੀ ਆ ਕਿਹੜਾ। ਚਤਰ ਸਿਆ, ਇਹ ਤਾਂ ਆਪਣਾ ਅਮਰੀਕਾ ਵਾਲਾ ਭਾਨਾ। ਜਾ ਜਾ ਬਾਲੇ, ਤੈਨੂੰ ਵੀ ਜਾ ਚਾਚੇ, ਜਾ ਜਾ ਜਾ। ਓਏ ਜਾ ਯਾਰ। ਸ਼ੁਕਰ ਆ ਮੁੱਤਾਵਾਦ ਭਾਨਾ ਬੋਲਿਆ, ਮੈਨੂੰ ਸਮਝ ਨਹੀਂ ਆਉਂਦੀ ਅੱਜ ਬਾਹਰਲਿਆਂ ਦਾ ਸੰਗਲ ਕਿਹਨੇ ਖੋਲਿਆ। ਨਾ ਭਾਨਿਆ, ਤੇਰੀ ਭਾਨੋ ਕਿੱਥੇ ਆ? ਜਾ 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 ਅਮਰੀਕਾ, ਆਪ ਇੱਥੇ ਤੇ ਭਾਬੀ ਅਮਰੀਕਾ, ਇਹ ਕੋਈ ਤਰੀਕਾ? ਜਾ ਜਾ ਜਾ, ਅਸਲ ਚ ਭਾਨੋ ਤੇ ਜਵਾਕ ਹੋਣ ਵਾਲਾ ਸੀਗਾ, ਉਹ ਤੇ ਆਉਂਦੀ ਸੀ, ਫਿਰ ਮੇਰਾ ਹੀ ਦਿਮਾਗ ਕੰਮ ਕੀਤਾ ਤੇ ਸਾਡੀ ਬੁੜੀ ਨੇ ਤਾਂ ਸਾਨੂੰ ਕੱਚੇ ਕੋਠੇ 'ਚ ਜੰਮ ਲਿਆ ਸੀ, ਪਰ ਘੱਟੋ ਘੱਟ ਸਾਡਾ ਇੱਕ ਅੱਧਾ ਜਵਾਕ ਤਾਂ ਹੋ ਜਾਂਦਾ ਮੇਡ ਇਨ ਅਮਰੀਕਾ। ਜਾ ਜਾ ਭਾਨਿਆ, ਐ ਦੱਸ ਤੇਰਾ ਝੱਗਾ ਕਿਵੇਂ ਹੋਇਆ ਫੀਤਾ ਫੀਤਾ? ਕੀ ਦੱਸਾਂ ਚਾਚਾ, ਜਾ ਜਾ ਜਾ, ਜਮਾਨਾ ਬੜਾ ਗੰਦਾ, ਐਵੇਂ ਪਿੰਡ ਵਾਲੇ ਟੋਬੇ ਕੋਲ ਪਾ ਲਿਆ ਪੰਗਾ। ਨਾ ਟੋਬੇ ਕੋਲ ਪਾ ਲਿਆ ਪੰਗਾ? ਜਾ ਜਾ ਜਾ, ਮੈਂ ਖੜਾ ਸੀ ਸੜਕੋਂ ਪਰ ਉਧਰੋਂ ਆ ਗਈ ਮਰੂਤੀ ਕਾਰ, ਵਿੱਚ ਸੀ ਉਹਦੇ ਚਾਰ ਸਵਾਰ, ਮੈਨੂੰ ਪੁੱਛਦੇ ਆ ਪਾਣੀ ਵਿੱਚ ਦੀ ਲੰਘ ਜੂ ਕਾਰ, ਮੈਂ ਕਿਹਾ ਜਾ 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 ਕੱਢ ਲਓ ਲੰਘ ਜੂ ਪਾਰ, ਫਿਰ ਲੰਘ ਗਈ ਪਾਰ। ਜਾ ਜਾ ਜਾ, ਮੈਨੂੰ ਕੀ ਪਤਾ ਸੀ ਤੁਹਾਡੇ ਇੰਡੀਆ ਦਾ ਹਿਸਾਬ ਵੀ ਇੱਥੇ ਸੜਕ ਤੇ ਟੋਬੇ ਦਾ ਇੱਕੋ ਲੈਵਲ ਪਾਣੀ ਫਿਰਦਾ ਸੀਗਾ ਬਾਹਰ। ਨਾ ਫੇਰ? ਫੇਰ ਕੀ, ਉਹਨਾਂ ਨੇ ਪਾਇਆ ਗੇਰ ਤੇ ਖਿੱਚਤੀ ਕਾਰ। ਓਏ ਗੱਲ ਵੀ ਮੁਕਾ, ਲੰਘੀ ਪਾਰ, ਸਵਾਹ ਲੰਘਣੀ ਸੀ ਪਾਰ, ਕਾਰ ਤਾਂ ਡੁੱਬ ਗਈ ਅੱਧ ਵਿਚਕਾਰ। ਫੇਰ? ਫੇਰ ਕੀ, ਉੱਥੇ ਮੱਚ ਗਈ ਹਾਹਾਕਾਰ, 10 ਬੰਦਿਆਂ ਨੇ ਕੱਢੇ ਬਾਹਰ, ਕੁੱਟ ਕੁੱਟ ਕੇ ਮੇਰਾ ਮੱਦੂ ਬੰਨਤਾ, ਸਾਰਿਆਂ ਨੇ ਨਿਕਲਦੇ ਸਾਰ। ਕਹਿੰਦੀ ਤੂੰ ਤਾਂ ਕਹਿੰਦਾ
ਅਸੀਂ ਕੱਢ ਲਓ ਲੰਘ ਜੂਗੀ ਪਰ ਸਾਡੀ ਤਾਂ ਨਹੀਂ ਲੰਘੀ। ਮੈਂ ਕਿਹਾ ਸਮਝ ਹੀ ਨਹੀਂ ਆਉਂਦੀ, ਦੋ ਕੁ ਮਿੰਟ ਪਹਿਲਾਂ ਦੋ ਬੱਚਕਾਂ ਤਾਂ ਲੰਘ ਗਈਆਂ ਸੀ, ਛੋਟੀ ਕਾਰ ਪਤਾ ਨਹੀਂ ਕਿਉਂ ਨਹੀਂ ਲੰਘੀ। ਉਹ ਪਾਨਿਆ ਪੈਂਦੀਆਂ ਹੀ ਤਾਂ ਖੜੇ ਨਾ, ਜੇ ਬਚਣਾ ਤਾਂ ਭੱਜ ਜੇ। ਜਾ ਜਾ ਜਾ, ਭੱਜਿਆ ਤਾਂ ਸੀ ਪਰ ਦੂਜਾ ਪੰਗਾ ਪੈ ਗਿਆ ਦਰਵਾਜੇ। ਨਾ ਉੱਥੇ ਵੀ ਕੁਝ ਕੀਤਾ। ਜਾ ਜਾ ਜਾ, ਆ ਡੱਡਾ ਉੱਥੇ ਹੀ ਹੋਇਆ ਫੀਤਾ ਫੀਤਾ। ਇੱਕ ਢੱਡਲ ਗਿਆ, ਮੁੱਛਲ ਗਿਆ, ਕਾਲੂ ਜਿਹਾ ਬੰਦਾ ਬਨੈਣ ਪਾਈ ਕੁਰਸੀ ਤੇ ਬੈਠਾ, ਮੈਨੂੰ ਕਹਿੰਦਾ ਉਰਿਆ ਓਏ। ਮੈਂ ਕਿਹਾ ਯਾ ਯਾ ਯਾ, ਮੈਨੂੰ ਬੁਲਾਉਣਾ ਤੂੰ ਨਹੀਂ ਆ ਸਕਦਾ, ਤੂੰ ਸਾਲਿਆ ਥਾਣੇਦਾਰ ਲੱਗਿਆ। ਫੇਰ ਫੇਰ ਕੀ, ਬਾਅਦ ਚ ਪਤਾ ਲੱਗਿਆ ਸਾਲਾ ਸੱਚੀ ਥਾਣੇਦਾਰ ਹੀ ਸੀ। ਉਹ ਪਾਨਿਆ ਚੱਲ ਟੋਬੇ ਦੇ ਤਾਂ ਤੇਰਾ ਮਾਣ ਤਾਣ ਬਣਦਾ ਸੀ, ਪਰ ਦਰਵਾਜ਼ੇ ਵਾਲੀ ਤੇਰੇ ਨਾਲ ਨਜਾਇਜ਼ ਕਰਤੀ। ਬਿਲਕੁਲ ਭਾਈ, ਜਾਂ ਤਾਂ ਥਾਣੇਦਾਰ ਦੇ ਪਾਈ ਹੁੰਦੀ ਵਰਦੀ, ਹੁਣ ਬਿਨਾਂ ਵਰਦੀ ਤੇ ਦੱਸੋ ਕਿਵੇਂ ਸੁੱਝ ਜੂ, ਨਾਲੇ ਭਾਨਾ ਕਿਹੜਾ ਜੋਸ਼ੀ ਹੈ ਵੀ ਸ਼ਕਲ ਦੇਖ ਕੇ ਬੁੱਝ ਜੂ। ਐਸੀ ਗੱਲ ਨੀ, ਬੁੱਝਣ ਵਾਲੇ ਸਭ ਬੁੱਝ ਲੈਂਦੇ ਆ। ਬਾਲੇ ਵੇਖ ਲਾ ਫਿਰ ਝਾਕੇਗਾ ਡੋਰ ਪੌਰ, ਜੇ ਚਾਚੇ ਨੇ ਸ਼ੁਰੂ ਕਰ ਲਿਆ ਬੁਝਾਰਤਾਂ ਦਾ ਦੌਰ। ਪਾਓ ਪਾਓ, ਚੰਗਾ ਫਿਰ ਆਓ। ਯਾ ਯਾ, ਮਾਸੀ ਵੇਖਦੇ ਆ ਚਾਚਾ ਕਿਹੜੀ ਬੁਝਾਰਤ ਪਾਉਂਦਾ। ਲੈ ਬਾਲਿਆ ਦੱਸ ਜੇ ਆਉਂਦਾ। ਮੈਂ ਲੈਣ ਗਿਆ ਉਹ ਦਿੰਦੇ ਸੀ, ਜੇ ਨਾ ਦਿੰਦੇ ਹੁੰਦੇ ਮੈਂ ਲੈ ਆਉਂਦਾ। ਮੈਂ ਲੈਣ ਗਿਆ ਉਹ ਦਿੰਦੇ ਸੀ, ਜੇ ਦਿੰਦੇ ਸੀ ਫਿਰ ਲੈ ਆਉਂਦਾ, ਪਰ ਚਾਚਾ ਉਲਟ ਕਹਿ ਰਿਹਾ ਵੀ ਜੇ ਨਾ ਦਿੰਦੇ ਮੈਂ ਲੈ ਆਉਂਦਾ। ਇਹ ਬੁਝਾਰਤ ਤੱਕ ਬਦਮਾਸ਼ੀ ਆ। ਯਾ ਯਾ ਯਾ, ਮੈਂ ਦੱਸਾਂ। ਓਏ ਤੂੰ ਰਹਿਣ ਦੇ, ਫਿਰ ਬਾਲੇ ਦਾ ਤਾਂ ਵੱਜ ਗਿਆ ਬਾਜਾ। ਓਏ ਭਾਨਿਆ, ਕਦੇ ਇਹਨੇ ਖੇਤੀਬਾੜੀ ਕੀਤੀ ਹੋਵੇ ਤਾਂ ਪਤਾ ਹੋਵੇ। ਓਏ ਇਹਨੂੰ ਕਹਿੰਦੇ ਆ ਸੁਹਾਗਾ। ਬਿਸ਼ਰਮਿਆ, ਵੀ ਤੇਰੇ ਨਾਲ ਤਾਂ ਵੱਧ ਭਾਨੇ ਦਾ ਦਿਮਾਗ ਕੰਮ ਕਰਦਾ ਸੀ। ਮਾਸੀ ਇੱਕ ਗੱਲ ਦੱਸਾਂ, ਪਤਾ ਮੈਨੂੰ ਵੀ ਨਹੀਂ ਸੀ, ਮੈਂ ਵੀ ਐਵੇਂ ਚੌੜੀ ਕਰਦਾ ਸੀ। ਯਾ ਯਾ ਯਾ, ਹੁਣ ਮੇਰੀ ਵਾਰੀ ਆ, ਹੁਣ ਮੇਰੀ ਵਾਰੀ ਆ, ਹੁਣ ਮੇਰੀ ਵਾਰੀ। ਉਹ ਚੱਲ ਤੂੰ ਵੀ ਛੱਡ ਲੈ ਆਪਣਾ ਯਕਾ। ਲਓ ਜੀ, ਰੰਗ ਸੁਰਾਂ ਦਾ ਬੰਦਾ ਪੱਕਾ, ਢਿੱਡ ਨਾਲ ਉਹ ਕਰਦਾ ਧੱਕਾ। ਮਾਛੋ ਮਿੱਠੇ ਉਹਦੇ ਬੋਲ, ਕਾਕੇ ਨੇ ਤੋ ਗੋਲ ਮਟੋਲ। ਘਰ ਲਈ ਉਹਦੀ ਮਾਸੀ ਦੁੱਧ ਤੋਂ ਵੀ ਚਿੱਤੀ, ਤੇ ਆਪ ਜਮਾ ਕਾਲਾ ਟੀਟ ਪਤੰਡਰੇ ਆ। ਜੇ ਤੂੰ ਮਾਸੀ ਬੁੱਝ ਲਈ ਤਾਂ ਸਮਝ ਲੈ, ਅੱਜ ਤੋਂ ਬਾਅਦ ਭਾਨਾ ਤੇਰੇ ਅੰਡਰੇ ਆ। ਲੈ ਆ ਕਾਦੀ ਬੁਝਾਰਤ ਕੱਢੀ ਆ, ਇਹ ਤਾਂ ਆਪਣਾ ਖੰਨੇ ਵਾਲਾ ਸਰਦੂਲ ਸਿਕੰਦਰ ਆ। ਜਾ 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 ਜਾ, ਅੱਜ ਤੋਂ ਮਾਸੀ ਤੂੰ ਹੀ ਮੇਰੀ ਭਾਨੂ ਆ, ਤੇ ਸਮਝ ਲੈ ਭਾਨਾ ਤੇਰੇ ਅੰਡਰੇ ਆ। ਓਏ ਭਾਨਿਆ, ਬਾਲਾ ਨਾ ਬੋਲ, ਮੈਂ ਪਤਾ ਨੀ ਕਿਹੜੀ ਗੱਲੋਂ ਚੁੱਪ ਆ। ਨਾਲੇ ਬਿੰਗਿਆ ਜਾ, ਕੁਛ ਹੋਸ਼ ਨਾਲ ਬੋਲ। ਜਾ ਜਾ ਜਾ, ਮਾਸੀ ਮੈਂ ਵੀ ਤਾਂ ਟਿਚਰੇ ਕੀਤੀ ਆ, ਕਿਹੜਾ ਆ ਗਿਆ ਕੋਲ। ਚਾਚਾ ਅਗਲੀ ਪਟਾਰੀ ਖੋਲ। ਲੈ ਫਿਰ ਭਾਨਿਆ, ਜੇ ਬੋਝ ਸਕਦਾ ਤਾਂ ਬੋਝ ਦੱਸ ਕੌਣ ਆ। ਸੱਭਿਆਚਾਰ ਦੀ ਜਿਹਨੂੰ ਸੋਚ, ਭੰਗੜੇ ਦਾ ਉਹ ਕਹਾਵੇ ਕੋਚ। ਮੁੱਛਾਂ ਰੱਖਦਾ ਕਰਕੇ ਖੜੀਆਂ, ਇੱਕ ਦੋ ਟੇਪਾਂ ਚੰਗੀਆਂ ਚੜੀਆਂ, ਬਾਕੀ ਬੇਰਾਂ ਵਾਂਗੂ ਚੜੀਆਂ। ਬੋਲੀਆਂ ਚ ਕਹਾਵੇ ਨੰਬਰ ਵਨ, ਨਾਲ ਘੜੀਸੇ ਪੂਰੀ ਜਨ। ਕੁੱਲ ਮਿਲਾ ਕੇ ਬਾਈ ਦੀ ਪੂਰੀ ਚੜਾਈ ਆ। ਜੇ ਭਾਨਿਆ ਤੂੰ ਬੁੱਝ ਲੈ ਤਾਂ ਸਮਝਾਂਗੇ ਤੂੰ ਭਾਨੋ ਦਾ ਖਸਮਾ ਨਹੀਂ, ਭਾਨੋ ਦਾ ਭਾਈ ਆ। ਯਾ ਯਾ ਯਾ, ਆਪਣੀ ਜਿਹੜੀ ਬੁਝਾਰਤ ਔਖੀ ਪਾਈ ਆ, ਇਹ ਤਾਂ ਜੰਮ ਦਾ ਜਵਾਕ ਵੀ ਦੱਸ ਦੂ ਵੀ ਇਹ ਤਾਂ ਆਪਣਾ ਛੁੱਛੂ ਵਾਲਾ ਪੰਮੀ ਬਾਈ ਆ। ਰੁਕੋ ਯਾਰ, ਪੁਲਿਸ ਨੇ ਪੰਜਾਬ ਜਾ ਕੇ ਭੁੱਖ ਲਗਾ ਦਿੱਤਾ ਯਾਰ। ਉਹ ਕੀਕਰ ਸਿੰਘ, ਤੈਨੂੰ ਕਦੇ ਭੁੱਖ ਨੀ ਲੱਗਿਆ ਯਾਰ? ਓਏ ਜਦੋਂ ਫੀਮ ਰਗਾਂ ਵਿੱਚ ਬੋਲੇ ਫਿਰ ਅਮਲੀ ਕਦੇ ਨਾ ਡੋਲੇ। ਓਏ ਆਪਾਂ ਤਾਂ ਸਵੇਰ ਦੇ ਹੀ ਕੰਡੇ ਚ ਆ। ਇੱਕ ਮਿੰਟ ਵੀਰ ਜੀ, ਇਧਰ ਆਓ ਇਧਰ ਆਓ, ਸਾਰੇ ਲੋਕ ਹੀ ਕੰਡੇ ਤੇ ਹੋ ਜਾਣੇ ਵੀਰ ਜੀ। ਧਿਆਨ ਨਾਲ ਸੁਣੋ, 뮤직 ਦੀ ਆਵਾਜ਼, ਡੀਜੇ ਡੀਜੇ, ਲੱਗਦਾ ਕਿਸੇ ਦੀ ਸ਼ਾਦੀ ਹੋ ਰਹੀ ਹੈ। ਅੰਦਰ ਚਲਦੇ ਆ, ਨਾਲੇ ਜਸ਼ਨ ਕਰਾਂਗੇ, ਨਾਲੇ ਖਾਣਾ ਨਾਲੇ ਗਾਣਾ, ਨਾਲੇ ਖਾਣਾ ਨਾਲੇ ਗਾਣਾ। ਤੇ ਬਾਹਰ ਜਿਹੜੀ ਪੁਲਿਸ ਖੜੀ ਹੋਊਗੀ ਗੇਟ ਤੇ, ਅੰਦਰ ਵੜਾਂਗੇ ਕਿੱਧਰ ਦੀ? ਵੀਰ ਜੀ ਕਰ ਦਿੱਤੀ ਨਾ ਚਾਰ ਆਨੇ ਵਾਲੀ ਗੱਲ, ਫਿਰ ਚਿੜਕਿਆ ਤਿੜਕਿਆ ਵਾਲੀ ਗੱਲ ਕਰੋਗੇ ਤੁਸੀਂ ਨਾ ਵੀਰ ਜੀ? ਦੀਵਾਰ ਟੱਪ ਜਾਂਦੇ ਆ, ਜੰਪ ਕਰ ਜਾਂਦੇ ਆ। ਚੱਲ ਠੀਕ ਆ, ਜੇ ਤੂੰ ਕਹਿਣਾ ਪਹਿਲਾਂ ਮੈਨੂੰ ਟਪਾ। ਲੋ ਵੀਰ ਜੀ, ਉੱਥੇ ਪਹੁੰਚ ਗਏ ਨੇ, ਹੁਣ ਆਪਾਂ ਵੀ ਚੱਲੀਏ ਨਾ, ਕੱਲ ਇੰਜੋਏ ਕਰਨਗੇ ਉਧਰ। ਮੇਰੇ ਯਾਰ ਕੀ ਸ਼ਾਦੀ ਹੈ, ਮੇਰੇ ਯਾਰ ਕੀ ਸ਼ਾਦੀ ਹੈ, ਮੇਰੇ ਯਾਰ ਕੀ ਸ਼ਾਦੀ ਹੈ। ਓਏ ਯਾਰ ਸ਼ੈਂਟੀ, ਉਹ ਕਿੱਥੇ ਆ ਗਈ ਯਾਰ ਆਪਾਂ? ਓ ਬ੍ਰਦਰ, ਮੈਨੂੰ ਲੱਗਦਾ ਬਰਾਤੀ ਨੱਚ ਰਿਹਾ ਹੈ ਡਰੈਸ ਕੋਡ ਦੇ ਵਿੱਚ। ਫੋਨ ਕਰੋ, ਅੱਜ ਮੇਰੇ ਯਾਰ ਕੀ ਸ਼ਾਦੀ ਹੈ। ਸਾਲਿਆ ਸ਼ਾਦੀ ਤੇ ਆ ਪੁੱਤਰਾ, ਤੈਨੂੰ ਇਹ ਬਰਾਤੀ ਲੱਗਦੇ ਨੇ? ਓਏ ਆਪਾਂ ਪਾਗਲਖਾਨੇ ਚ ਆ ਗਏ ਆ, ਤੇ ਆਪਾਂ ਨੂੰ ਪਾਗਲ ਸਮਝ ਕੇ ਤੁਹਾਡੇ ਪਿਓ ਫੜਨ ਆ ਰਹੇ ਨੇ। ਪਾਗਲਖਾਨੇ ਵਿੱਚ
पर फिर भी एंजॉय करो यार, आज मेरे यार की शादी है। चलो 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 यार की शादी है। ओ असली पागल लिया है ओ भरावा, साडी गल सुन यार, ओ बाप मैं सुन सारी गल समझाउने, एक मिनट गल ता सुन। चल बड़ा चल चल डॉक्टर साहब आप ही दसो कि पागल है, चल बैठ इथे बंदा बन के पागल नहीं है। बैठो 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 बैठो, इनू लाओ फोटो पहले बिजली का उधर यार। मैं डॉक्टर चटकेला, मैं बड़े वड्डे वड्डे पागलां नूं ठीक कीता। एदी सब तो वड्डी उदाहरण तां मैं आप, मैं अपने आप नूं ठीक कीता। अच्छा ढाई साहब, तुसी अपने तो बिना किसे होर दा इलाज कीता? ओ अपने सिद्धू साहब, ਉਹ ਪਹਿਲਾਂ ਉਹਨਾਂ ਨੂੰ ਬੜਾ ਗੁੱਸਾ ਆਉਂਦਾ ਸੀ, ਬੜਾ ਗੁੱਸਾ ਆਉਂਦਾ ਸੀ ਜਦੋਂ ਉਹਨਾਂ ਨੂੰ ਮੈਂ ਬਿਜਲੀ ਦੇ 3 ਝਟਕੇ ਲਾਏ। ਹੁਣ ਉਹਨਾਂ ਨੂੰ ਗੁੱਸਾ ਆਉਂਦਾ ਨਹੀਂ ਤੇ ਹਾਸਾ ਉਹਨਾਂ ਦਾ ਜਾਂਦਾ ਨਹੀਂ। ਉਹ ਗੁਰੂ ਜਿਹੜੀ ਏਦਾਂ ਕਹਿੰਦੇ ਹੈਗੀ। ਹਾਂ ਪਰ ਪਾਜੀ ਅਸੀਂ ਤੇ ਪਾਗਲ ਨਹੀਂ ਹੈਗੇ ਨਾ, ਹਰ ਕੋਈ ਇੱਥੇ ਆ ਕੇ ਇਹੀ ਕਹਿੰਦਾ ਵੀ ਮੈਂ ਪਾਗਲ ਨਹੀਂ ਆ। ਪਰ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੇ ਚੋਂ ਵੱਡਾ ਕੌਣ? ਪਾਵਰਫੁਲ ਜਿਹੜਾ ਵੱਡਾ ਉਹਨੂੰ ਬਿਜਲੀ ਦੇ ਕਰੰਟ ਦੇ ਝਟਕੇ ਲਾਏ ਜਾਣਗੇ। ਮੈਨੂੰ ਪਤਾ ਸੀ ਕਿ ਤੂੰ ਹੀ ਐ ਸੋਹਣਾ ਸੁਨੱਖਾ ਨੌਜਵਾਨ ਪਾਗਲ। ਚਲੋ ਹੁਣ ਤੁਹਾਨੂੰ ਮੈਂ ਲੈ ਕੇ ਜਾਵਾਂ ਮਸ਼ੀਨ ਕੋਲ, ਜਾਂ ਤੁਸੀਂ ਆਪ ਚੱਲੋਗੇ? ਤੁਹਾਨੂੰ ਆਉਣ ਦੀ ਲੋੜ ਨਹੀਂ ਡਾਕਟਰ ਸਾਹਿਬ, ਸੀਡੀ ਇੱਟਾ ਪੱਟ ਆਪ ਚੱਲ ਕੇ ਆਏਗਾ। ਡਾਕਟਰ ਤੋਂ ਪਹਿਲਾਂ ਮੈਂ ਮਿਸਤਰੀ ਸੀ, ਇਸੇ ਕਰਕੇ ਮੈਂ ਇਹਨਾਂ ਕਰੰਡੀਆਂ ਦੇ ਨਾਲ। ਦੇਖੋ ਬੇਟੇ, ਹੁਣ ਇੱਕ ਚਿੜੀ ਨਿਕਲੇਗੀ। ਇੱਕ ਵਾਰੀ ਹੋਰ ਕਰੋ, ਬਹੁਤ ਮਜ਼ਾ ਆ ਰਿਹਾ। ਡਾਕਟਰ ਸਾਹਿਬ, ਗੱਲ ਤਾਂ ਇਹ ਆ ਵੀ ਅਸੀਂ ਤੁਹਾਡੇ ਕੋਲੋਂ ਇਲਾਜ ਤਾਂ ਕਰਵਾਉਣਾ ਚਾਹੁੰਦੇ ਹਾਂ, ਪਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਡਾਕਟਰ ਕੋਲੋਂ ਅਸੀਂ ਆਪਣਾ ਇਲਾਜ ਕਰਾਉਣਾ, ਕੀ ਉਹ ਵਾਕਈ ਡਾਕਟਰ ਆ ਕਿਤੇ ਪਾਗਲ ਤਾਂ ਨਹੀਂ? ਮੈਂ ਬਿਲਕੁਲ ਠੀਕ ਹਾਂ। ਸਾਨੂੰ ਕੀ ਸਬੂਤ ਆ ਕਿ ਤੁਸੀਂ ਠੀਕ ਹੋ? ਕੁਛ ਵੀ ਪੁੱਛੋ। ਮੈਂ ਇੱਕ ਸਵਾਲ ਪੁੱਛਾਂ, ਆਹ ਵੇਖੋ 3 ਕੋਠੀਆਂ ਨੇ, ਪਹਿਲੀ ਕੋਠੀ ਨੂੰ ਅੱਗ ਲੱਗੀ, ਫਿਰ ਦੂਜੀ ਕੋਠੀ ਨੂੰ ਅੱਗ ਲੱਗੀ, ਫਿਰ ਤੀਜੀ ਨੂੰ ਲੱਗੀ। ਦੇਖਦੇ 3 ਕੋਠੀਆਂ ਅੱਗ ਦੀ ਲਪੇਟ 'ਚ ਆ ਗਈ। ਉਧਰੋਂ ਐਂਬੂਲੈਂਸ ਸਾਇਰਨ ਵਜਾਉਂਦੀ, ਹੂਟਰ ਵਜਾਉਂਦੀ, ਟੂ ਟਾ ਟੂ ਟਾ ਟੂ ਟਾ ਕਰਦੀ ਆ ਗਈ। ਸਵਾਲ ਇਹ ਆ ਕਿ ਐਂਬੂਲੈਂਸ ਸਭ ਤੋਂ ਪਹਿਲਾਂ ਕਿਹੜੀ ਕੋਠੀ ਦੀ ਅੱਗ ਬੁਝਾਊਗੀ? ਪਹਿਲੀ ਦੀ। ਲਾਓ ਸਾਲੇ ਦੇ ਬਿਜਲੀ, ਕਿਉਂ ਐਂਬੂਲੈਂਸ ਤਾਂ ਅੱਗ ਬੁਝਾਉਂਦੀ ਹੈ ਨਹੀਂ, ਅੱਗ ਤੇ ਬੁਝਾਉਂਦੀ ਹੈ ਫਾਇਰ ਬ੍ਰਿਗੇਡ। ਇੱਕ ਸਵਾਲ ਮੈਂ ਵੀ ਪੁੱਛਣੀ ਹੈਗੀ, ਮੈਨੂੰ ਇਹ ਦੱਸੋ ਹਾਥੀ ਆਂਡਾ ਦਿੰਦੀ ਹੈਗੀ ਜਾਂ ਬੱਚਾ? ਬੱਚਾ ਦਿੰਦੀ। ਲਗਾਓ ਸਾਲੇ ਦੇ ਬਿਜਲੀ, ਕਿਉਂ ਬੱਚਾ ਤਾਂ ਹੱਥ ਨਹੀਂ ਦਿੰਦੀ ਹੈਗੀ, ਹਾਥੀ ਤਾਂ ਬੱਚਾ ਦਿੰਦੀ ਨਹੀਂ ਹੈਗੀ। ਓ ਸਾਲਿਓ ਆਪਣਾ ਮਰੀਜ਼ ਤਾਂ ਚੱਕੋ, ਇਹਦਾ ਮੂਧਾ ਹੋ ਗਿਆ ਸਾਲਾ ਪਾਗਲ। ਸ਼ਾਬਾਸ਼ ਸ਼ਾਬਾਸ਼ ਚੱਲ। ਲਵਾਤੀਆਂ ਗੋਦਣੀਆਂ ਤੁਸਾਂ ਦੀਆਂ ਤੇ ਹੁਣ ਗੋਦਣੀਆਂ ਲਵਾਈਆਂ ਨੇ, ਸਾਨੂੰ ਤੇ ਸੁਬਾਹ ਦਾ ਗੋਡਿਆਂ ਭਾਰ ਕਰ ਛੱਡਿਆ ਨਾ। ਆ ਗੋਡਿਆਂ ਭਾਰ ਤਾਂ ਜਮ ਜਮ ਬੈਠ, ਪਰ ਬੈਠਣ ਲੱਗੇ ਨੇ ਥਾਂ ਥਾਂ ਤਾਂ ਦੇਖ ਲੈਣੀ ਸੀ, ਆ ਥੱਲੇ ਪਾਣੀ ਦਾ ਚੜਾ ਲਾਈ ਬੈਠਾ। ਪਾਣੀ ਨੂੰ ਹੱਥ ਤੇ ਲਗਾ ਲਿਆ, ਠੀਕ ਹੈ ਚੱਕ ਮਤ ਲੈਣਾ। ਕਿਉਂ ਪਾਣੀ ਨੂੰ ਕਿਉਂ ਨੀ ਚੱਕਣੀ ਹੈਗੀ? ਇਹ ਲੂਣ ਵਾਲਾ ਪਾਣੀ ਹੈ ਨਾ। ਲੂਣ ਵਾਲਾ ਪਾਣੀ? ਕੀ ਗੱਲ, ਥੱਲੇ ਸ਼ਿਕੰਜ ਵੀ ਡੋਲੀ ਬੈਠਾ? ਸ਼ਿਕੰਜ ਵੀ ਨਹੀਂ, ਕਈ ਸਮਝਾਵਾਂ ਬਰਾਵੋ, ਇਹ ਲੂਣ ਵਾਲਾ ਪਾਣੀ। ਮਹਾਰਾਜ ਸਾਲੇ ਬਾਂਦਰ ਜੇ ਦੇ ਰੱਖ ਕੇ ਮੂੰਹ ਤੇ ਚਪੇੜ, ਪਹਿਲਾਂ ਦੀ ਬਕਵਾਸ ਕਰ ਸਕਦਾ ਸੀ, ਆ ਗੰਦ ਚ ਹੱਥ ਪੁਆ ਕੇ ਧਰਤਾ। ਹਾਲੇ ਤੇ ਹੋਰ ਗੰਦ ਪੈਣਾ ਹੈ। ਕਿਉਂ ਹਾਲੇ ਹੋਰ ਕਿਉਂ ਗੰਦ ਪੈਣੀ ਹੈਗੀ? ਤੁਸਾਂ ਦਾ ਯੋਗਦਾਨ ਨਹੀਂ ਪਾਏਗਾ ਉਸ ਵਿੱਚ। ਨਾ ਤੂੰ ਚੀਜ਼ ਕੀ ਆ ਓਏ,
ਆਸਾਂ ਦਾ ਨਾਂ ਹੈ ਸ਼ਰਨਜੀਤ ਸਿੰਘ ਸ਼ੈਣੀ। ਅੱਛਾ ਸ਼ੰਟੂ, ਨਾ ਤੈਨੂੰ ਹੋਰ ਕੋਈ ਨਾਂ ਹੀ ਨਹੀਂ ਲੱਭਿਆ ਰੱਖਣ ਨੂੰ? ਚੱਲ ਇਹ ਤਾਂ ਪਤਾ ਲੱਗ ਗਿਆ ਤੂੰ ਸ਼ੰਟੂ ਆ, ਪਰ ਉਹ ਕੀ ਸ਼ਹਿ ਆ? ਸਾਲਾ ਕੁੱਕੜ ਖੰਭ ਜਿਹਾ। ਧੀਰੇ ਬੋਲ ਧੀਰੇ ਬੋਲ, ਇਹੀ ਏ ਜਿਹਨੇ ਸ਼ਿਕੰਜ ਵੀ ਬਣਾਈ ਏ। ਬਹੁਤ ਬਦਮਾਸ਼ ਬੰਦਾ ਏ, ਜਦੋਂ ਗੋਰੀ ਵੱਟ ਕੇ ਤੱਕਦਾ ਏ ਨਾ ਅਸਾਂ ਦਾ ਤਰਾ ਨਿਕਲ ਜਾਂਦਾ ਏ। ਤੂੰ ਕਿਉਂ ਨੀ ਵੱਟਦਾ ਗੁਰੀ ਦੇ ਵੱਲ? ਅਸਾਂ ਨੇ ਵੱਟੀ ਸੀ ਗੁਰੀ ਤੁਸਾਂ ਦੇ ਆਉਣ ਤੋਂ ਪਹਿਲਾਂ। ਤੇ ਫੇਰ ਉਸਨੇ ਮੇਰੇ ਵੱਲ ਗੁਰੀ ਵੱਟੀ, ਮੈਂ ਉਸ ਵੱਲ ਗੁਰੀ ਵੱਟੀ, ਫੇਰ ਕੀ ਹੋਇਆ? ਤੇ ਅਸਾਂ ਦਾ ਤਰਾ ਨਿਕਲ ਗਿਆ ਏ। ਇਹ ਤਾਜ਼ਾ ਤਾਜ਼ਾ ਤਰਾ ਏ ਜਿਸ ਨੂੰ ਤੁਸਾਂ ਦਾ ਹੱਥ ਲੈ ਗਿਆ ਏ। ਸਾਲਾ ਫੇਰ ਚੇਤੇ ਕਰਾਈ ਜਾਂਦਾ, ਫੇਰ ਚੇਤੇ ਕਰਾਈ ਜਾਂਦਾ, ਮਸਾਂ ਭੁੱਲਿਆ ਸੀ ਮੈਂ। ਕਾ ਤੋਂ ਕੁੜਦੀ ਹੈਗੀ ਵਿਚਾਰੇ ਨੂੰ ਯਾਰ ਟਾਲੀ ਸਿੰਘ? ਓਏ ਟਾਲੀ ਸਿੰਘ ਨੀ, ਮੈਂ ਕਿੱਕਰ ਸਿੰਘ ਆ। ਚਲੋ ਹੈ ਤੇ ਦਰਖਤੀ ਨਾ, ਚਲੋ ਜਾ ਇਹ ਤਾਂ ਛੱਡ। ਤੂੰ ਦੱਸ ਇੱਥੇ ਕਿੱਦਾਂ ਆਈ? ਭਰਾਵਾ ਅਸਾਂ ਦੀ ਬਹੁਤ ਲੰਬੀ ਕਹਾਣੀ ਏ। ਅਸਾਂ ਨੂੰ ਅਸਾਂ ਦੀ ਜਾਈ ਨੇ ਭੇਜਿਆ ਕਿ ਸ਼ੈਂਡੀ ਪੁੱਤਰ ਜਾ ਕੇ ਮਾਰਕੀਟ ਦੇ ਵਿੱਚੋਂ ਤੂੰ ਦਹੀਂ ਲੈ ਕੇ ਆ ਆਪਣੇ ਦਾਰ ਜੀ ਦੇ ਲਈ, ਪੂਰੇ ਚਾਰ ਆਨੇ ਦਾ। ਮੈਂ ਦਹੀਂ ਲੈਣ ਚਲਿਆ ਗਿਆ, ਰਸਤੇ ਦੇ ਵਿੱਚ ਜਾਂਦਾ ਪਿਆ ਸਾਂ, ਅਸਾਂ ਨੂੰ ਅਸਾਂ ਦਾ ਫਰੈਂਡ ਮਿਲ ਗਿਆ, ਦੋਸਤ, ਪੱਕਾ ਦੋਸਤ ਗੋਲੂ। ਗੋਲੂ ਮੈਨੂੰ ਕਹਿੰਦਾ, ਸ਼ੈਂਡੀ ਭਰਾ ਮੈਂ ਬੜੀ ਮੁਸੀਬਤ ਵਿੱਚ ਹੈਗਾ, ਮੇਰੇ ਦਾਰ ਜੀ ਮੈਨੂੰ ਖਰਚਾ ਨਹੀਂ ਦਿੰਦੇ ਪਏ, ਹੇ ਕਾਨਾ ਵੀ ਨਹੀਂ, ਇੱਕ ਪੈਸਾ ਵੀ ਨਹੀਂ ਦਿੰਦੇ। ਮੈਂ ਕਿਹਾ ਫਿਰ ਕੀ ਕਰੀਏ? ਕਹਿੰਦਾ ਚੱਲ ਮੇਰੇ ਘਰ ਡਾਕਾ ਮਾਰਾਂਗੇ। ਪਾਲਿਆ ਡਾਕਾ ਬਾਹਰ ਮਾਰੀਦਾ, ਬਾਹਰ ਮਾਰੀਦਾ, ਘਰੇ ਚੋਰੀ ਕਰੀਦੀ ਆ। ਯਾਰ ਕੀ ਕਰਦੇ ਪਏ ਹੋ? ਘਰੇ ਦਾਰ ਜੀ ਮਾਰਦੇ ਤੇ ਤੁਸੀਂ ਮਾਰਦੇ ਪਏ ਹੋ, ਸਟੋਰੀ ਤੇ ਸੁਣ ਲਓ ਨਾ। ਚੱਲ ਸੁਣਾ ਸੁਣਾ। ਫਿਰ ਕੀ ਹੋਇਆ? ਮੈਂ ਕਿਹਾ ਚੱਲ ਦੋਸਤ ਕਦ ਕੰਮ ਆਉਣ ਗਈ, ਜਰਾਨਾ ਨਿਭਾਉਣ ਦਾ ਦਿਨ ਤੇ ਆਜੀਏ ਨਾ। ਅਸਾਂ ਨੇ ਗੋਲੂ ਦੇ ਘਰ ਵੱਲ ਆਪਣੀਆਂ ਬਹੀਰਾਂ ਗਾ ਦਿੱਤੀਆਂ, ਅੰਦਰ ਗਏ, ਤਾਲੇ ਨੂੰ ਹਲੇ ਹੱਥ ਲਗਾਇਆ ਸੀ ਕਿ ਉਸ ਦੇ ਦਾਰ ਜੀ ਉੱਠ ਖੜੇ, ਉੱਠ ਖਲੋਤੇ ਤੇ ਰੌਲਾ ਪਾ ਛੱਡਿਆ, ਚੋਰ ਚੋਰ ਚੋਰ। ਤੇ ਉਹਨਾਂ ਨੇ ਸੰਗੀ ਗੋਲੂ ਰਲ ਗਿਆ ਤੇ ਕਹਿਣ ਲੱਗਿਆ, ਚੋਰ ਚੋਰ ਚੋਰ, ਤੇ ਸ਼ੈਡੀ ਨੇ ਚੋਰ ਬਣਾ ਛੱਡਿਆ ਤੇ ਇੱਥੇ ਡੱਕ ਛੱਡਿਆ। ਯਾਰ ਚੰਟੂ, ਤੇਰੇ ਨਾਲ ਤਾਂ ਬਹੁਤ ਮਾੜੀ ਹੋਈ ਆ, ਕਿਵੇਂ ਸਾਲੇ ਘੋੜੇ ਵੇਚ ਕੇ ਸੁੱਤੇ ਪਏ ਆ? ਮੈਨੂੰ ਪੁੱਛਦੇ ਹੋ ਕੀ ਹੋਇਆ? ਆਪਣੇ ਦਿਲ ਨੂੰ ਪੁੱਛ ਕੇ ਦੇਖੋ ਕੀ ਹੋਇਆ। ਦੁਪਹਿਰੇ ਥੋੜਾ ਗੰਦ ਪਾਇਆ ਡਾਇਨਿੰਗ ਟੇਬਲ ਤੇ ਤੁਸੀਂ? ਪਾਜੀ ਗੰਦ ਨੂੰ ਕਹਿ ਰਹੀ ਅਸੀਂ ਉੱਥੇ ਮੀਂਗਣਾ ਕਰ ਦਿੱਤੀ ਹੈਗੀ। ਇਹਦੇ ਨਾਲੋਂ ਮੀਂਗਣਾ ਕਰ ਦਿੰਦੇ, ਉਹ ਹਜ਼ਾਰ ਦਰਜੇ ਚੰਗੀਆਂ ਸੀ। ਆਸ਼ਕੀ ਦੇ ਵਿੱਚ ਇਹ ਵੀ ਭੁੱਲ ਗਏ ਸੀ ਇੱਥੇ ਕੀ ਕੰਮ ਆਇਆ, ਸਾਰੀ ਪੋਲ ਖੋਲ ਕੇ ਰੱਖ ਦੇਣੀ ਸੀ। ਹੁਣ ਮੈਂ ਸੀਡੀ ਨੂੰ ਕੀ ਜਵਾਬ ਦਊਂਗਾ? ਬਾਜੀ ਹੁਣ ਤੁਸੀਂ ਜਵਾਬ ਹੀ ਦੇ ਛੱਡੋ। ਪੱਕਾ? ਚੰਗਾ ਬੜਾ ਮਨ ਲੱਗ ਗਿਆ, ਜਵਾਬ ਦੇ ਦੋ, ਮਨ ਨਾਲ ਦਿਲ ਲੱਗ ਗਿਆ ਬਸ। ਪੱਕਾ ਦੇ ਦਾਂ ਜਵਾਬ? ਮੇਰਾ ਵੀ ਦਿਲ ਲੱਗ ਗਿਆ। ਫਿਰ ਮੈਂ ਫੌਜੀ ਨੂੰ ਜਾ ਕੇ ਕਹਿ ਦਿੰਦਾ ਕਿ ਅਸੀਂ ਯੂਕੇ ਤੋਂ ਕੋਈ ਨਹੀਂ ਆਏ, ਅਸੀਂ ਆਪਣੇ ਪੁਲਿਸ ਤੋਂ ਭੱਜੇ ਹੋਏ ਆ, ਮੁਲਜ਼ਮ ਜੇਲ੍ਹ ਦੇ ਵਿੱਚੋਂ ਸੀਡੀ ਦੇ ਬੰਦੇ ਆ ਤੇ ਤੁਹਾਨੂੰ ਕਿਡਨੈਪ ਕਰਨ ਲਈ ਆਏ। ਬਾਜੀ ਬਾਜੀ, ਇਸ ਤਰ੍ਹਾਂ ਨਾ ਕਰਨਾ, ਇਸ ਤਰ੍ਹਾਂ ਨਾ ਕਰਨਾ। ਫੌਜੀ ਨੇ ਗੋਲੀ ਮਾਰ ਛੱਡਣੀ ਹੈ, ਮਨੀ ਦੇ ਸਾਹਮਣੇ ਅਸਾਂ ਦੀ ਚਾਰ ਆਨੇ ਦੀ ਇੱਜ਼ਤ ਨਹੀਂ ਰਹਿਣੀ, ਇਸ ਤਰ੍ਹਾਂ ਨਾ ਕਰਨਾ ਪਲੀਜ਼। ਬਾਜੀ ਸਨੈਰੀ ਨੂੰ ਮੈਂ ਕੀ ਬੂਥਾ ਦਿਖਾਣੀ ਹੈਗੀ ਫਿਰ? ਹੁਣ ਆਇਆ ਨਾ ਲੈਣ ਤੇ? ਹਾਂ, ਇਧਰ ਆਓ ਨਾ, ਰਾਮ ਨਾਲ ਪਰਮਾਨ ਨਾਲ ਬੈ ਗੱਲ ਕਰੋ ਨਾ। ਤੁਸੀਂ ਤਾਂ ਇਹ ਵੀ ਭੁੱਲ ਗਏ ਹੋ ਕਿ ਅਸੀਂ ਇੱਥੇ ਕੀ ਕੰਮ ਆਇਆ। ਆਪਾਂ ਕਿਹੜੀ ਕੰਮ ਆਏ ਸੀ? ਮੂਰਖ, ਆਪਾਂ ਨਾ ਇੱਥੇ ਲੜਕੀ ਦੇ ਰਿਸ਼ਤੇ ਲਈ ਆਏ ਸੀ, ਮਨੀ ਨਾਲ ਗੱਲਬਾਤ ਪੱਕੀ ਹੋ ਗਈ, ਡੋਂਟ ਵਰੀ। ਅਸੀਂ ਮਨੀ ਦੇ ਰਿਸ਼ਤੇ ਲਈ ਆਏ ਆ, ਅਸੀਂ ਫੌਜੀ ਨੂੰ ਕਿਡਨੈਪ ਕਰਨ ਆਏ ਸੀ, ਤੇ ਜਦ ਤੱਕ ਉਹ ਚਮੱਖਾ ਨੌਕਰ ਇਸ ਘਰ ਦੇ ਵਿੱਚ ਆ, ਅਸੀਂ ਫੌਜੀ ਨੂੰ ਕਿਡਨੈਪ ਨਹੀਂ ਕਰ ਸਕਦੇ। ਫਿਰ ਸੁਨੱਖੇ ਦਾ ਕੀ ਕਰੀਏ? ਕਰਨਾ ਕੀ ਆ? ਜੇ ਚਾਹੁੰਦੇ ਹੋ ਫੌਜੀ ਨੂੰ ਕਿਡਨੈਪ ਕਰਨਾ ਤਾਂ ਸਭ ਤੋਂ ਪਹਿਲਾਂ ਸੁਨੱਖੇ ਨੂੰ ਆਪਣੇ ਵੱਲ ਕਰਨਾ ਪਊਗਾ। ਕਿਦਾਂ? ਮੈਨੂੰ ਸੁਨੱਖੇ ਬਾਰੇ ਇੱਕ ਗੱਲ ਦੀ ਪਤਾ ਲੱਗੀ ਹੈਗੀ। ਕਿ? ਉਹਨੂੰ ਗਾਉਣ ਦੀ ਬੜੀ ਸ਼ੌਕ ਆ। ਬਸ ਫਿਰ ਤਾਂ ਹੋ ਗਈ ਸਾਰੀ ਗੱਲ ਕਲੀਅਰ। ਮੈਨੂੰ ਲੱਗਦਾ ਚਮੱਖਾ ਆ ਗਿਆ, ਆਪਾਂ ਝੂਠੀਆਂ ਮੂਠੀਆਂ ਉਹਦੀਆਂ ਤਰੀਫਾਂ ਦੇ ਪੁਲ ਵਰਨੇ ਸ਼ੁਰੂ ਕਰ ਦਿੰਦੇ। ਤੁਸਾਂ ਤੋਂ ਸ਼ੁਰੂ ਕਰ ਦਿਆ, ਤੁਸੀਂ ਬੜੇ ਹੋ, ਤਾਰੀਫ ਕਰੋ। ਯਾਰ ਸ਼ੈਂਟੀ ਜੀ, ਬਾਹਰ ਕੱਲ ਮੈਂ ਚਮੱਖੇ ਨੂੰ ਗਾਉਂਦੇ ਨੂੰ ਸੁਣਿਆ। ਸਰਸਵਤੀ ਮਾਂ ਦੀ ਇੰਨੀ ਕਿਰਪਾ, ਪਰਮਾਤਮਾ ਨੇ ਉਹਨੂੰ ਇੰਨਾ ਟੈਲੈਂਟ ਦਿੱਤਾ, ਬਿਊਟੀਫੁਲ ਵੌਇਸ। ਯਾਰ ਯਾਰ, ਇੰਨੀ ਅੱਛੀ ਸਿੰਗਰ ਹੈਗੇ ਵਿਚਾਰਾ, ਫੌਜੀ ਦੇ ਘਰ ਪਾਂਡੇ ਮਾਂ ਦੀ ਹੈ। ਵੀਰ ਜੀ, ਸੁਨੱਖਾ ਜਿੰਨਾ ਸੋਹਣਾ ਗਾਉਂਦਾ ਹੈ ਨਾ, ਮੈਂ ਤੇ ਕਹਿੰਦਾ ਹੁਣ ਯੂਕੇ ਆਪਣੇ ਨਾਲ ਹੀ ਲੈ ਚੱਲਦੇ ਆ, ਉੱਥੇ ਲਿਜਾ ਕੇ ਰਿਕਾਰਡ ਕਰਾਂਗੇ ਉਹਦੀ ਕੈਸਟ, ਚਾਰ ਆਨੇ ਦਾ ਬਿਜ਼ਨਸ ਆਪਾਂ ਕਰਾਂਗੇ, ਲੱਖਪਤੀ ਹੋ ਜਾਏਗਾ ਜੀ। ਹਾਂਜੀ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ, ਪਰ ਇਸ ਤੇ ਕੁਝ ਵੀ ਨਹੀਂ ਕਿਹਾ। ਇਹ ਸਾਰਾ ਕੁਝ ਸੁਣ ਲੈ। ਨਹੀਂ, ਤੁਸੀਂ ਮੈਨੂੰ ਪਤਾ ਮੇਰੇ ਬਾਰੇ ਕਿੰਨਾ ਸਹੀ ਸੋਚਦੇ ਹੋ, ਇਹ ਤਾਂ ਮਈਓ ਉਲੂ ਦਾ ਪੱਟਾ ਸੀ ਜਿਹਨੇ ਸਾਰੀ ਜ਼ਿੰਦਗੀ ਫੌਜੀ ਪਿੱਛੇ ਰੋਲਤੀ ਆ, ਤੇ ਮੈਨੂੰ ਤੁਸੀਂ ਦੱਸੋ ਮੈਂ ਸਿੰਗਰ ਬਣਨ ਲਈ ਕੁਝ ਵੀ ਕਰ ਸਕਦਾ? ਤੂੰ ਕੁਝ ਵੀ ਕਰ ਸਕਦਾ? ਹਾਂਜੀ, ਫਿਰ ਤਾਂ ਗੱਲ ਹੋ ਗਈ ਕਲੀਅਰ। ਇੱਕ ਉਂਗਲੀ ਅਨੇਕ ਉਂਗਲੀ, ਬਣ ਗਿਆ ਮੁੱਠੀ, ਬਣ ਗਿਆ ਕਾਰ। ਚੁੱਪ ਚੁੱਪ, ਹੋਲੀ ਹੋਲੀ, ਮਾਰਨਾ ਆ ਜਾ, ਲੋ ਚੁਣ ਹੋਲੀ। ਚਮਕਿਆ ਆਲਾ ਰੁਮਾਲ, ਇਹਦੇ ਤੇ ਬੇਹੋਸ਼ੀ ਦੀ ਦਵਾ ਛਿੜਕੀ ਹੋਈ ਆ, ਸਮਝ ਲੈ ਮਿੰਟਾਂ ਸਕਿੰਟਾਂ ਦੇ ਵਿੱਚ ਸੌਂਕੇ ਫੌਜੀ ਬੇਹੋਸ਼,
समझ गया ना हुण सौंके देर मां फिर तेरे तू सौंके आ बेहोश होना जे तू बेहोश हो गया ओनु बेहोश कौन करू उठ जा एक मिनट तेरे तेरे छोल कोट पर ना काटा नहीं कोई हो गया काम ते हो गया पर अजे टाइम लगू ओ नहीं भरावा एक क्लोरोफॉर्म हैगी बंदे नु मिंटा च केंडा च बेहोश कर दंदी ओ जे पैरा ते रखे तां वी मंत्रा जे पैर बेहोश करने ओए मूर्खा कल्ले पैर बेहोश नहीं करने पूरा शरीर बेहोश करना चल पैरां तो चाके मुंह ते रख के आ एक मिनट चल बचा के मुंह ते चुप बस घर कानी हो गया काम मन ते हो गया ना मुंह ते रुमाल पिया पर फौजी अजे भी साह लैंदा ही फौजी मारना थोड़ा कल्ला बेहोश करना मेनू लगता फादर इन लॉ बेहोश हो गए ने कराड़ियां दी आवाज बंद हो गई हुन चक लेंदे चक लो रब दा नाम लेके फौजी रम वर्गी फटाफट लपेट लो जिने पता नहीं चक 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 के कल्ला भेटिया जैबरा नु भेटिया लगदा इन्नी भारी है कि पता नहीं की खोली है फौजी अच्छा मखिया चल तू गड्डी स्टार्ट कर जल्दी ना इथे गड्डी ना स्टार्ट करियो क्यों इथो गड्डी रोड के लागे जाओ जे गड्डी इथे स्टार्ट कीती ते मनी बीबी जाग जाना ठीक है मैं चलदा ठीक है गल भरावा ओदी जे मनी जाग पई तो सपना टूट जाना जे सपना टूट गया तो असा टूट जाना यार तेनू अपनी मनी दी पईया सानू अपनी मनी दी पईया यार बंद कर इनू चलो धक्का लाओ इनू यार जल्दी करो चलो तेरे लादा साना गुड जावे के अंदर जोर लगा के चलो जल्दी जल्दी धक्का होली लगाओ ना चलो 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 ओया सानू टायर नीचे दे छटना तू ठीक है चलो मोड़ कट मोड़ चलो वो थक गए यार वो थक गए धीरे भरावा इन्ना धक्का ते कदे लूना नू नहीं लगाया सने बहुत दूर आ गए हैं रुको ओ यार शंटू आपा मूर्ख नहीं हैगे क्यों वीर जी 2 मील तो धक्का लाउंदे आ रहे हैं अपने दिमाग च नहीं आया भी आपा गड्डी स्टार्ट करनी है ओ भोली गए सी वीर जी चल फिर गड्डी चला के मजाका करदे पए हो वीर जी असी ते सीधी सीधी लूना मसा चाहिदी है छोटा भाई राजू धक्का लगांदा मैं ते झूठे लेना बस तुसी चलाओ रामू जी मैं ता कदी बल्द गड्डी नहीं चलाई हैगी यार कदी एक गड्डी किथे चलानी हैगी मैं गड्डी ता हुन की कर सिंग तुहानू चलानी पैगी यार ओए मैं सीधा साधा अमली बंदा मैं साले ओ घरे पजारो रखी हुई है मेनू किथे चलानी आंदी है वीर जी किसे नु भी नहीं आंदी नहीं यार के गल करदे हो ओ एक मिनट यार सोचण दियो सोचो की कर पाजी तुहाडी दिमाग मुंह च लगी हैगी सॉरी यार चल आईडिया किडनैपिंग कैंसल चलो वापस करे धक्का ला के ए ठीक कीता मनी सामने आसानी इज्जत बच जाएगी चलो चलो फिर से बैग गिर पै गए हुन तो लौट के बुद्धू घर को आ गए दार जी दा साना घुट गया होवे अंदर किते गौर नु प्यारे ना हो गए हुन खोलो खोलो जल्दी चलो शंटू चक तेरी मनी ना जाग पे जल्दी कर यार मार कर मनी जाग ना पई होवे वीर जी सुनखे नु बुला लो यार फौजी नु तो ले जाओ अंदर